ਹੈਲੋ ਐਂਡ ਸਸਤੀ ਕਾਲ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਦੇ ਇਸ ਸਾਡੇ ਮਲਟੀਪਲ ਚੁਆਇਸ ਕੁਐਸਚਨਸ ਨੂੰ ਜੋ ਕਿ ਦੋਸਤੋ ਪੂਰੀ ਤਰ੍ਹਾਂ ਨਾਇਬ ਤਹਿਸੀਲਦਾਰ ਨੂੰ ਡੈਡੀਕੇਟਡ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਦੋਸਤੋ ਪ੍ਰੀਵੀਅਸ ਈਅਰ ਪੇਪਰਸ ਦੇ ਨਾਲ-ਨਾਲ ਐਕਸਪੈਕਟਿਡ ਕੁਐਸਚਨਸ ਅਤੇ ਚੰਗੇ ਲੈਵਲ ਦੇ ਕੁਐਸਚਨਸ ਕਰਵਾਏ ਜਾਣ ਤਾਂ ਕਿ ਤੁਹਾਡਾ ਜੋ ਇਹ ਐਗਜ਼ਾਮ ਹੈ ਉਹ ਸਹੀ ਅਤੇ ਬਹੁਤ ਚੰਗਾ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਜਿੰਨੇ ਵੀ ਸਟੂਡੈਂਟਸ ਆ ਰਹੇ ਨੇ ਜੀ ਗੁੱਡ ਮਾਰਨਿੰਗ ਟੂ एवरीवन ਨੈਂਸੀ ਗੁਰਵੀਰ ਮਨਕ੍ਰੀਡ ਜਸਪ੍ਰੀਤ ਪੰਜੀਤ ਰਜਿੰਦਰ ਸਭ ਦਾ ਬਹੁ ਬਹੁ ਸਵਾਗਤ ਹੈ ਕਲਾਸ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚਾਹਾਂਗਾ ਕਿ ਕੱਲ ਦਾ ਜੋ ਦਿਨ ਸੀ ਤੁਹਾਨੂੰ ਪਤਾ ਹੈ ਦੋਸਤੋ ਕਈ ਸਾਰੀਆਂ ਵੈਕੈਂਸੀਜ਼ ਆਈਆਂ ਜਿਸ ਦੇ ਵਿੱਚੋਂ ਕੱਲ ਸਵੇਰੇ ਜੋ ਹੈ ਅਸੀਂ ਦੇਖਿਆ ਕੋਆਪਰੇਟਿਵ ਜੋ ਬੈਂਕ ਹੈ ਕੋਆਪਰੇਟਿਵ ਬੈਂਕ ਦੇ ਵਿੱਚ ਕਲੈਰੀਕਲ ਜੌਬਸ ਜੋ ਸੀ ਵੱਡੇ ਸਤਰ ਤੇ ਆਈਆਂ ਨੇ ਉਸ ਤੋਂ ਇਲਾਵਾ ਮੈਨੇਜਰ ਦੀਆਂ ਵੈਕੈਂਸੀਜ਼ ਨੇ ਸੀਨੀਅਰ ਮੈਨੇਜਰ ਦੀਆਂ ਵੈਕੈਂਸੀਜ਼ ਨੇ ਜੇ ਤੁਸੀਂ ਉਸ ਦਾ एलिਜੀਬਿਲਟੀ ਕਰਾਈਟੇਰੀਆ ਜੋ ਹੈ ਜੋ ਕੁਝ ਹੀ ਦਿਨਾਂ 'ਚ ਸਾਨੂੰ ਪਤਾ ਲੱਗ ਜਾਵੇਗਾ ਆਮ ਕਰਕੇ ਦੋਸਤੋ ਜੋ ਉਹਨਾਂ ਦਾ एलिਜੀਬਲ ਕਰਾਈਟੇਰੀਆ MBA ਉਹ ਮੰਗ ਲੈਂਦੇ ਨੇ ਜਾਂ ਫਿਰ ਮੈਨੇਜਮੈਂਟ ਦੇ ਵਿੱਚ ਗ੍ਰੈਜੂਏਸ਼ਨ ਮੰਗ ਲੈਂਦੇ ਨੇ ਤਾਂ ਉਹ ਕੁਝ ਹੀ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਆ ਜਾਏਗਾ ਫਿਰ ਸ਼ਾਮੀ ਹੁੰਦੇ ਹੁੰਦੇ ਦੋਸਤੋ ਰੂਰਲ ਡਿਵੈਲਪਮੈਂਟ ਆਰਗੇਨਾਈਜ਼ਰ ਦੀ ਵੈਕੈਂਸੀ ਆਈ ਅਤੇ ਦੋਸਤੋ ਅੱਜ ਸਵੇਰੇ ਹੀ ਜੋ ਹੈ ਜੋ ਜੋ ਵੈਕੈਂਸੀਜ਼ ਨੇ ਕੁਛ ਆਈਆਂ ਨੇ ਜਿਦੇ ਵਿੱਚੋਂ ਰੈਵਨਿਊ ਰੀਹੈਬਿਲੇਸ਼ਨ ਐਂਡ ਡਿਜ਼ਾਸਟਰ ਮੈਨੇਜਮੈਂਟ ਦੀ ਜੋ ਵੈਕੈਂਸੀਜ਼ ਹੈ ਇਹਦੇ ਵਿੱਚ ਸੀਨੀਅਰ ਅਸਿਸਟੈਂਟ ਦੀਆਂ ਦੋ ਵੈਕੈਂਸੀਜ਼ ਨੇ ਉਸ ਤੋਂ ਇਲਾਵਾ ਅਸਿਸਟੈਂਟ ਦੀਆਂ 6 ਨੇ ਸੀਨੀਅਰ ਅਸਿਸਟੈਂਟ ਹਾਂ ਦੋਸਤੋ ਦੀਆਂ ਫੇਰ 6 ਵੈਕੈਂਸੀਜ਼ ਨੇ ਅਤੇ ਇਹਨਾਂ ਬਾਰੇ ਪੂਰਜੋ ਜਾਣਕਾਰੀ ਹੈ ਜੇ ਤੁਸੀਂ ਮੇਰੇ ਨਾਲ ਮੇਰੇ WhatsApp ਗਰੁੱਪਸ ਤੇ ਜੁੜੇ ਹੋਏ ਹੋ ਜਾਂ Telegram ਚੈਨਲ ਤੇ ਜੁੜੇ ਹੋਏ ਹੋ ਉੱਥੇ ਵੀ ਮੈਂ ਇਸ ਨੂੰ ਸਾਂਝਾ ਕਰ ਦਿੱਤਾ ਹੈ ਇਸ ਤੋਂ ਇਲਾਵਾ ਜੋ ਸਾਡਾ ਸਕੂਲ ਡਿਪਾਰਟਮੈਂਟ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਵੀ ਦੋਸਤੋ ਅੱਜ ਸਵੇਰੇ ਦੀਆਂ ਜੋ ਖਬਰਾਂ ਨੇ ਤਾਂ ਟੋਟਲ ਜੋ ਵੈਕੈਂਸੀਜ਼ ਕਲਰਕ ਦੀਆਂ 36 ਵੈਕੈਂਸੀਜ਼ ਨੇ ਆਈਆਂ ਨੇ ਮੈਂ ਰਿਪੀਟ ਕਰ ਦਵਾ ਇਸ ਦਾ ਜੋ ਲਿੰਕ ਵੀ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਹੈ ਆਲਰੇਡੀ ਟੈਲੀਗ੍ਰਾਮ ਤੇ ਆਫਟਰ ਦਾ ਕਲਾਸ ਕਰ ਦਵਾਂਗਾ ਦੋਸਤੋ ਉਸ ਤੋਂ ਇਲਾਵਾ ਕਲਰਕ ਸਬੋਡੀਨੇਟ ਆਫਿਸਿਸ ਦੇ ਵਿੱਚ 250 ਵੈਕੈਂਸੀ ਹੈ ਇਹ ਜੋ ਦੋਸਤੋ ਜੋ ਮੋਡ ਆਫ ਰਿਕਰੂਟਮੈਂਟ ਹੈ ਪੀ ਟ੍ਰਿਪਲ ਐਸ ਵੀ ਇਗਜ਼ਾਮ ਲਵੇਗਾ ਫਿਰ ਸਕੂਲ ਲਾਇਬ੍ਰੇਰੀਨ ਦੀਆਂ 57 वैकेंसीज ਨੇ ٹوٹل ਇਹ 343 वैकेंसीज ਨੇ ਜੋ ਦੋਸਤੋ ਸਿੱਖਿਆ ਵਿਭਾਗ ਹੈ ਜੋ ਲਵੇਗਾ एग्जाम्स ਉਸ ਤੋਂ ਇਲਾਵਾ ਜਿਵੇਂ ਦੇਖਾਂ ਲੀਗਲ ਅਸਿਸਟੈਂਟ 11 ਲੀਗਲ ਅਸਿਸਟੈਂਟ ਸਬੋਡੀਨੇਟ ਆਫਿਸ 22 ਇਹ ਹੁਣ ਜੁਨ੍ਹਾਂ ਨੇ ਲੋ ਕੀਤੀ ਹੈ ਉਹਨਾਂ ਦੇ ਲਈ ਹੈ ਦੋਸਤੋ ਸੀਨੀਅਰ ਅਸਿਸਟੈਂਟ ਹੈਡ ਕੁਆਟਰ 21 ਸੀਨੀਅਰ ਅਸਿਸਟੈਂਟ ਸਬੋਡੀਨੇਟ ਆਫਿਸ ਕਾਰਡ वैकेंसीज ਨੇ ਤਾਂ ਇਸ ਦੀ ਪੂਰੀ ਜੋ ਜਾਣਕਾਰੀ ਹੈ ਇਸ ਤੋਂ ਬਾਅਦ ਮੈਂ ਇੱਕ ਵੀਡੀਓ ਬਣਾ ਕੇ ਵੀ ਦੇ ਦਵਾਗਾ ਲੇਕਿਨ ਦੋਸਤੋ ਜੋ ਵੈਕੈਂਸੀਜ਼ ਆਉਣੀਆਂ ਜੋ ਹੈ ਸ਼ੁਰੂ ਹੋ ਚੁੱਕੀਆਂ ਨੇ ਅਤੇ ਹੁਣ ਦੇਖੋ ਇਹਨਾਂ ਦੇ ਅਫੀਸ਼ੀਅਲ ਵਿਫੀਕੇਸ਼ਨਸ ਵੀ ਆ ਜਾਣਗੇ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਜੋ ਤਿਆਰੀ ਹੈ ਆਪਣੀ ਉਸ ਨੂੰ ਥੋੜਾ ਹੋਰ ਹੈ ਬੈਟਰ ਕਰੋ ਕੋਸ਼ਿਸ਼ ਕਰੋ ਕਿਉਂਕਿ ਮੈਨੂੰ ਪਤਾ ਹੈ ਕਿ ਇੱਥੇ ਬਹੁਤ ਘੱਟ ਸਟੂਡੈਂਟਸ ਨੇ ਜਿਨ੍ਹਾਂ ਨੇ ਜੋ ਹੈ ਪਿਛਲੇ 1-2 ਮਹੀਨੇ ਦੇ ਵਿੱਚ ਦੋਸਤੋ ਜੋ ਹੀ ਹੀ ਤਿਆਰੀ ਸ਼ੁਰੂ ਕੀਤੀ ਹੈ ਮੇਰਾ ਕਹਿਣ ਦਾ ਮਤਲਬ ਹੈ ਮੈਕਸਿਮਮ ਸਟੂਡੈਂਟ ਨੇ ਜੋ ਪਿਛਲੇ 6-8-10 ਮਹੀਨੇ ਤੋਂ ਲਗਾਤਾਰ ਤਿਆਰੀ ਕਰ ਰਹੇ ਨੇ ਤਾਂ ਆਪਣਾ ਪੂਰਾ ਜੋ ਫੋਕਸ ਰੱਖੋ ਆਪਣੇ ਜੋ ਟੈਸਟ ਸੀਰੀਜ਼ ਤੇ ਆਪਣੇ ਦੋਸਤੋ ਜੋ ਹੈ ਨੋਟਸ ਦੇ ਉੱਪਰ ਆਪਣੇ ਜੋ ਐਕਸਪੈਕਟਿਡ ਕੁਐਸਚਨ ਜਾਂ ਪ੍ਰੀਵੀਅਸ ਇਅਰ ਕੁਐਸਚਨਸ ਦੇ ਤਾਂ ਇਹ ਤੁਹਾਡੇ ਲਈ ਬੜੇ ਮਹੱਤਵਪੂਰਨ ਹੋਣਗੇ ਸੈਸ਼ਨ ਦੀ ਸ਼ ਕਿ ਨਾ ਕਿਸੇ ਦੇਰੀ ਤੋਂ ਲੇਕਿਨ ਉਸ ਤੋਂ ਪਹਿਲਾਂ ਚਾਹਾਂਗਾ ਸੈਸ਼ਨ ਨੂੰ ਇੱਕ ਵਾਰ ਸ਼ੇਅਰ ਅਤੇ ਲਾਈਕ ਨਾਲ ਨਾਲ ਜ਼ਰੂਰ ਕਰ ਦੇਵੋ ਹਾਂਜੀ ਅਲੀਸ਼ਾ ਐਕਸਾਈਜ਼ ਐਂਡ ਟੈਕਸੇਸ਼ਨ ਦੀ ਹਜੇ ਕੋਈ ਖਬਰ ਨਹੀਂ ਹੈ ਠੀਕ ਹੈ ਅਤੇ ਸਰ ਫੂਡ ਇਨਸਪੈਕਟਰ ਬਿਲਕੁਲ ਫੂਡ ਇਨਸਪੈਕਟਰ ਦੇ ਵਿੱਚ ਇਨਸਪੈਕਟਰਸ ਦੀਆਂ ਜੋ ਹੈ ਫੂਡ ਐਂਡ ਸਿਵਲ ਸਪਲਾਈਜ਼ ਦੇ ਵਿੱਚ ਇਨਸਪੈਕਟਰ ਦੀਆਂ ਜੌਬਸ ਹੈ ਜੋ ਹੈ ਬੜੀ ਜਲਦੀ ਆਉਣਗੀਆਂ ਅਤੇ ਹਾਂਜੀ ਠੀਕ ਹੈ ਵੈਰੀ ਗੁੱਡ ਔਰ ਜੋ ਹੈ ਦੋਸਤੋ ਜੋ ਹੈ ਚਲੋ ਸ਼ੁਰੂ ਕਰਦੇ ਹਾਂ ਲੈਟ ਸਟਾਰਟ ਦਾ ਸੈਸ਼ਨ ਦੋਸਤੋ ਸਭ ਤੋਂ ਪਹਿਲਾ ਕੁਐਸਚਨ ਹੈ ਹਾਂਜੀ ਧਿਆਨ ਨਾਲ ਸੁਣਨਾ ਇਸ ਨੂੰ ਦੋਸਤੋ ਅੱਜ ਅੱਖ ਦੋਸਤੋ ਇਹ ਜੋ ਲਾਈਨ ਹੈ ਇਹ ਜੋ ਤੁਕਾਂ ਨੇ ਠੀਕ ਹੈ ਇਹ ਜੋ ਸ਼ਬਦ ਕਹੀ ਨੇ ਠੀਕ ਹੈ ਅਜ ਆਖਾਂ ਬਾਰਿਸ਼ਾਂ ਨੂੰ ਇਸ ਇ ਫੇਮਸ ਪੋਇਮ ਬਾਈ ਅ ਰੀਨੋਨ ਪੰਜਾਬੀ ਰਾਈਟਰ ਅਮ੍ਰਿਤਾ ਪ੍ਰੀਤਮ ਇੱਕ ਬੜੀ ਮਸ਼ਹੂਰ ਪੋਇਮ ਹੈ ਜੋ ਅਮ੍ਰਿਤਾ ਪ੍ਰੀਤਮ ਨੇ ਹੈ ਦੋਸਤੋ ਜਦੋਂ ਉਸ ਟਾਈਮ ਹੈ ਲਿਖੀ ਸੀ ਜਦੋਂ ਭਾਰਤ ਅਤੇ ਪਾਕਿਸਤਾਨ ਦਾ ਪਾਰਟੀਸ਼ਨ ਹੋਈ ਸੀ 1947 ਦੇ ਕਰੀਬ ਦੋਸਤੋ 47 ਦੇ ਵਿੱਚ ਜਦੋਂ ਹੋਈ ਸੀ ਤਾਂ ਇਹ ਪਹਿਲਾ ਪੁਆਇੰਟ ਹੈ ਇਸ ਕੁਐਸਚਨ ਦਾ ਦੂਜਾ ਪੁਆਇੰਟ ਹੈ ਕਿ ਇਹ ਜੋ ਪੋਇਮ ਹੈ ਦੋਸਤੋ ਇਸ ਦੇ ਵਿੱਚ ਜੋ ਅਮਰਤਾ ਪ੍ਰੀਤਮ ਹੈ ਉਹ ਐਡਰੈਸ ਕਰ ਰਹੀ ਹੈ ਵਾਰਿਸ ਸ਼ਾਹ ਨੂੰ ਦੋਸਤੋ ਜਿਸ ਨੂੰ ਕੀ ਪੰਜਾਬ ਦਾ ਬਹੁਤ ਵੱਡਾ ਪੋਇਟ ਜਿਸ ਨੂੰ ਕੀ ਪੰਜਾਬ ਦਾ ਸ਼ੇਕਸਪੀਅਰ ਆਫ ਪੰਜਾਬ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦਾ ਬਹੁਤ ਜ਼ਿਆਦਾ ਜੋ ਹੈ ਲਿਟਰੇਚਰੀ ਵਰਕ ਸੀ ਬੜਾ ਮਸ਼ਹੂਰ ਬੜਾ ਦੋਸਤੋ ਗੂੜਾ ਜੋ ਹੈ ਲਿਟਰੇਚਰੀ ਵਰਕ ਸੀ ਜਿਸ ਦੇ ਵਿੱਚੋਂ ਹੀ ਰਾਂਝਾ ਇਹਨਾਂ ਦਾ ਇੱਕ ਦੋਸਤੋ ਜੋ ਹੈ ਐਗਜ਼ਾਮਪਲ ਹੈ ਤਾਂ ਇੱਥੇ ਇਹ ਜੋ ਦੋ ਪੁਆਇੰਟਸ ਨੇ ਦੋ ਲਾਈਨਾਂ ਲਿਖਿਆ ਨੇ ਤੁਸੀਂ ਦੱਸੋਗੇ ਇਹਦੇ ਵਿੱਚ ਸਿਰ ਪਹਿਲਾ ਪੁਆਇੰਟ ਠੀਕ ਦੂਜਾ ਪੁਆਇੰਟ ਠੀਕ ਦੋਨੋਂ ਹੀ ਠੀਕ ਨੇ ਜਾਂ ਦੋਨੋਂ ਹੀ ਗਲਤ ਨੇ ਇਸ ਦੇ ਨਾਲ ਹੀ ਦੱਸ ਦਵਾਂ ਦੋਸਤੋ ਇਹ ਜੋ ਕੁਐਸਚਨ ਹੈ ਇਹ PCS 2000 ਮੇਰੇ ਹੁਣ ਐਗਜ਼ੈਕਟਲੀ ਯਾਦ ਨਹੀਂ ਆ ਰਹਾ 20 ਦੇ ਵਿੱਚ ਜੋ ਜੋ PCS 2020 ਸੀ ਜੋ 2021 ਦੇ ਵਿੱਚ ਹੋਇਆ ਉਸ ਦੇ ਵਿੱਚ ਆਇਆ ਹੋਇਆ ਇਹ ਕੁਐਸਚਨ ਹੈ ਅਤੇ ਤੁਸੀਂ ਧਿਆਨ ਨਾਲ ਦੱਸਣਾ ਹੈ ਅਤੇ ਨਾਲ ਹੀ ਨਾਲ ਮੈਂ ਉਮੀਦ ਕਰਾਂਗਾ ਕਿ ਜੇ ਤੁਸੀਂ ਮੈਨੂੰ ਨਾਲ ਨਾਲ ਅਮਰਤਾ ਪ੍ਰੀਤਮ ਅਤੇ ਵਾਰਿਸ ਆਦਿਆਂ ਕੁਝ ਹੋਰ ਜੋ ਹੈ ਕਾਵ ਸੰਗ੍ਰਹਿ ਲਿਆ ਕੁਝ ਬੁੱਕਸ ਹੈ ਦੱਸ ਸਕਦੇ ਹੋ ਤਾਂ ਮੈਨੂੰ ਲੱਗਦਾ ਬਾਕੀ ਸਾਰੇ ਸਟੂਡੈਂਟਸ ਦੀ ਉੱਥੇ ਵੀ ਮਦਦ ਹੋ ਜਾਵੇਗੀ ਹਾਂਜੀ ਠੀਕ ਹੈ ਅਤੇ ਰਜਿੰਦਰ ਕਹਿ ਰਹੇ ਨੇ ਕਿ ਵਨ ਊਮਨ ਆਫ ਪੰਜਾਬ ਟੂ ਗੈਟ ਸਾਇਤਿਆ ਅਕੈडमी ਵੜਾਜੀ ਰਜਿੰਦਰ ਤੁਸੀਂ 1 ਦੀ ਲਗਾ ਓਨਲੀ ਲਿਖ ਸਕਦੇ ਹੋ ਨਾ ਓਨਲੀ ਔਮਨ ਆਫ ਪੰਜਾਬ ਜਿਨ੍ਹਾਂ ਨੂੰ ਸਾਹਿਤਿਆ ਅਕੈਡਮੀ ਅਵਾਰਡ ਹੈ ਮਿਲਿਆ ਹੈ ਅਰ ਸਿੱਧੇ ਟਿਕਟ ਦੀ ਗੱਲ ਕਰੀਏ ਤੇ ਕਹੋ ਇਹਨਾਂ ਦੀ ਆਟੋ ਬਾਇਓਗ੍ਰਾਫੀ ਵੀ ਮੰਨੀ ਜਾਂਦੀ ਹੈ ਅਮ੍ਰਿਤਾ ਪ੍ਰੀਤਮ ਜੀ ਦੀ ਵੈਰੀ ਗੁੱਡ ਕਾਗਜ਼ ਤੇ ਕੈਨਵਸ ਵੈਰੀ ਗੁੱਡ ਰਤਨ ਚੌਧਰੀ ਅਤੇ ਇਸ ਦੇ ਜੋ ਸਹੀ ਉੱਤਰ ਦੀ ਉੱਪਰ ਚਰਚਾ ਚਾਹੀਏ ਦੋਸਤੋ ਦੋਨੋਂ ਹੀ ਪੁਆਇੰਟਸ ਹੈ ਬਿਲਕੁਲ ਠੀਕ ਨੇ ਜੀ ਇਸ ਜੋ ਹੈ ਦੋਨੋਂ ਲਾਈਨਸ ਬਾਰੇ ਤਾਂ ਅਜ ਆਖਾਂ ਵਾਰਸ਼ ਸ਼ਾਹ ਨੂੰ ਇਹ ਫੇਮਸ ਦੋਸਤੋ ਜੋ 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 ਪੋਇਮ ਹੈ ਅਮਰਤਾ ਪ੍ਰੀਤਮ ਨੇ ਦੋਸਤੋ ਅਮਰਤਾ ਪ੍ਰੀਤਮ ਇੱਥੇ ਇਹਨਾਂ ਦਾ ਜਨਮ ਅਤੇ ਪੂਰੀ ਜ਼ਿੰਦਗੀ ਲਿਖੀ ਹੈ ਹਾਲਾਂਕਿ ਉਹਨਾਂ ਦੇ ਜਨਮ ਅਤੇ ਮੌਤ ਬਾਰੇ ਕਦੇ ਪੁੱਛਿਆ ਨਹੀਂ ਗਿਆ ਅਤੇ ਦੋਸਤੋ ਜੋ 1947 ਦੀ ਪਾਰਟੀਸ਼ਨ ਸੀ ਉਸ ਵळे ਉਹਨਾਂ ਨੂੰ ਵਾਰਿਸ ਸ਼ਾਹ ਨੂੰ ਐਡਰੈਸ ਕਰਕੇ ਇਹ ਸਾਰੀਆਂ ਲਾਈਨਾਂ ਹੈ ਆਪਣੀ ਧੁਕ ਦੇ ਵਿੱਚ ਕਹੀਆਂ ਸੀ ਨਾਲ ਹੀ ਨਾਲ ਉਹ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਜਿਵੇਂ ਸ਼ੇਕਸਪੀਅਰ ਆਫ ਪੰਜਾਬ ਹੈ ਉਹ ਵਾਰਿਸ ਸ਼ਾਹ ਨੂੰ ਕਿਹਾ ਜਾਂਦਾ ਹੈ ਜਿਸ ਨੇ ਸਭ ਤੋਂ ਮਸ਼ਹੂਰ ਜੋ ਕਿੱਸਾ ਹੈ ਗੀਰ ਰਾंजे ਦਾ ਲਿਖਿਆ ਸੀ ਜਿਵੇਂ ਉਮੀਦ ਕਰਾਂਗਾ ਨਾਲ ਨਾਲ ਤੁਸੀਂ ਦੱਸ ਸਕਦੇ ਹੋ ਕਿ ਜੋ ਸ਼ੇਕਸਪੀਅਰ ਆਫ ਇੰਡੀਆ ਹੈ ਉਹ ਕਿਸ ਨੂਕ ਕਿਹਾ ਜਾਂਦਾ ਹੈ ਅਤੇ ਜੇ ਤੁਸੀਂ ਲਗਾਤਾਰ ਪਿਛਲੇ 2-3 ਦਿਨ ਤੋਂ ਕਰੰਟ ਅਫੇਅਰ ਮੇਰੇ ਨਾਲ ਪੜ੍ਹਦੇ ਹੋ ਤਾਂ ਸ਼ਾਇਦ ਤੁਹਾਨੂੰ ਇਹ ਵੀ ਪਤਾ ਹੋਵੇ ਕਿ ਦੋਸਤੋ ਜੋ ਵਿਲੀਅਮ ਸ਼ੇਕਸਪੀਅਰ ਸੀ ਜੋ ਐਕਚੁਅਲ ਦੇ ਵਿੱਚ ਜੋ ਇੰਗਲਿਸ਼ ਦਾ ਬਹੁਤ ਵੱਡਾ ਪੋएट ਸੀ ਉਸ ਦੀ ਡੈਥ ਐਨਿਵਰਸਰੀ ਕਦੋਂ ਹੁੰਦੀ ਹੈ ਕਿਉਂਕਿ ਉਸੇ ਦਿਨ ਜੋ ਹੈ ਯੂਨਾਈਟਿਡ ਨੇਸ਼ਨ ਜੋ ਹੈ ਇੰਗਲਿਸ਼ ਸਪੀਕਿੰਗ ਡੇ ਅਤੇ ਨਾਲ ਹੀ ਨਾਲ ਵਰਲਡ ਬੁక్స్ ਐਂਡ ਕਾਪੀਰਾਈਟਸ ਡੇ ਵੀ ਯੂਨੈਸਕੋ ਉਸ ਉਹ ਅਬਜ਼ਰਵ ਕਰਦਾ ਹੈ ਜੀ ਉਹ ਵੀ ਨਾਲ ਨਾਲ ਜ਼ਰੂਰ ਦੱਸੋ ਅਤੇ ਕਾਲੀਦਾਸ ਇਜ਼ ਨੋਨ ਐਸ ਦਾ ਸ਼ੇਕਸਪੀਅਰ ਆਫ ਇੰਡੀਆ ਅਤੇ ਰਜਿੰਦਰ ਦੱਸ ਰਿਹਾ ਕਿ ਲੂਣਾ ਜੋ ਹੈ ਬਟਾਲਵੀ ਸਾਹਿਬ ਨੇ ਲਿਖੀ ਸੀ हां जी ਅਤੇ ਨਾਲ ਨਾਲ ਕੋਰਾ ਜੋ ਕਾਗਜ਼ ਅਤੇ ਕੈਨਵਸ ਕੋਰਾ ਕਾਗਜ਼ ਬਹੁਤ ਵਧੀਆ ਬਹੁਤ ਉਮਜਾ ਠੀਕ ਹੈ ਅਤੇ ਜੋਧਕੌਰ 25 April ਲਿਖ ਰਹੇ ਨਹੀਂ ਲੇਕਿਨ ਸਹੀ ਉੱਤਰ ਨੈਨਸੀ ਸ਼ਰਮਾ ਦਾ ਹੈ 23 April ਇਸ ਦਾ கரੈਕਟ ਆਨਸਰ ਚਲੋ ਜਿੰਨਾ ਬੱਚਾ ਨੂੰ ਇਹ ਪੈਰਲਲ ਆਨਸਰਸ ਨਹੀਂ ਪਤਾ ਸੀ ਕੁਐਸਚਨਸ ਦੇ ਉਹ ਵੀ ਆਪਣੇ ਕਾਪੀ ਪੈਨ ਲੈ ਕੇ ਬੈਠ ਲਿਆ ਕਰੋ ਅਤੇ ਦੋਸਤੋ ਇਹ ਲਿਖਿਆ ਕਰੋ ਚਲੋ ਦੂਜੇ ਕੁਐਸਚਨ ਤੇ ਚੱਲਦੇ ਆ ਦੂਜਾ ਕੁਐਸਚਨ ਦੋਸਤੋ ਇਹ 4 ਜੋ ਦੋਸਤੋ ਜੋ ਪੁਆਇੰਟ ਲਿਖੇ ਨੇ ਜਿਹਦੇ ਵਿੱਚ ਫੁਲਕਾਰੀ ਹੈ ਰਾਈਸ ਹੈ ਇਹ ਰਾਈਸ ਦੀ ਚਾਵਲ ਦੀ ਇੱਕ ਕਿਸਮ ਹੈ ਕਟਾਰਨੀ ਫਿਰ ਇਹ ਸੁਪਾਰੀ ਹੈ ਸਿਰਸੀ ਸੁਪਾਰੀ ਅਤੇ ਚੰਦੇਰੀ ਹੈ ਇਸ ਦੇ ਵਿੱਚੋਂ ਤੁਸੀ ਦੱਸਣਾ ਹੈ ਕਿ ਪੰਜਾਬ ਦਾ ਜੋ ਜੀਓਗ੍ਰਾਫੀਕਲ ਇੰਡੀਕੇਟਰ ਹੈ ਦੋਸਤੋ ਇਹਨਾਂ ਵਿੱਚੋਂ ਕਿਹੜਾ ਪ੍ਰੋਡਕਟ ਹੈ ਠੀਕ ਹੈ ਸਿਰਫ ਪਹਿਲਾ ਪਹਿਲਾ ਅਤੇ ਦੂਜਾ ਦੋਨੋਂ ਪਹਿਲਾ ਦੂਜਾ ਅਤੇ ਚੌਥਾ ਯਾ ਸਰ ਪਹਿਲਾ ਅਤੀਤੀਜਾ ਹੀ ਇਹ ਜੋ ਪ੍ਰੋਡਕਟਸ ਨੇ ਜੀਓਗ੍ਰਾਫੀਕਲ ਇੰਡੀਕੇਟਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿਸੇ ਖਾਸ ਥਾਂ ਦੀ ਕੋਈ ਪਛਾਣ ਕੋਈ ਖਾਣ ਦੀ ਵੀ ਵਸਤੂ ਹੋ ਸਕਦੀ ਹੈ ਪਹਿਨਣ ਦੀ ਵਸਤੂ ਹੋ ਸਕਦੀ ਹੈ ਜਿਵੇਂ ਅਸੀਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰ ਸਕਦੇ ਹਾਂ ਦੋਸਤੋ ਜਿਵੇਂ ਕਿ ਅਸੀਂ ਗੱਲ ਕਰਾਂਗੇ ਨਾਗਪੁਰ ਦੇ ਸੰਤਰੇ ਨੇ ਦੋਸਤੋ ਉਹ ਜੀਓਗ੍ਰਾਫੀਕਲ ਇੰਡੀਕੇਟਰ ਹੈ ਜਿਵੇਂ ਅਸੀਂ ਗੱਲ ਕਰ ਸਕਦੇ ਹਾਂ ਜੋ ਆ ਦੋਸਤੋ ਜੋ ਲੱਡੂ ਨੇ ਅਂ ਆਂਦਰਾ ਤਿਰੂਪਤੀ ਦੇ ਜੋ ਲੱਡੂ ਨੇ ਉਹ ਵੀ ਜੀਓਗ੍ਰਾਫੀਕਲ ਇੰਡੀਕੇਟਰ ਨੇ ਜਿਵੇਂ ਅਸੀਂ ਕਹਿ ਦਨੇ ਹਾਂ ਕਾਂਗੜਾ ਜੋ ਹਿਮਾਚਲ ਦੇ ਵਿੱਚ ਹੈ ਉਸ ਦੀ ਚਾਹ ਅਤੇ ਉਸ ਦੀਆਂ ਜੋ ਚੱਪਲ ਨੇ ਦੋਸਤੋ ਉਹ ਵੀ ਜੀਓਗ੍ਰਾਫੀਕਲ ਇੰਡੀਕੇਟਰ ਨੇ ਕਸ਼ਮੀਰ ਦੇ ਸੇਬ ਉਹ ਵੀ ਜੀਓਗ੍ਰਾਫੀਕਲ ਇੰਡੀਕੇਟਰ ਨੇ ਤਾਂ ਉਸੇ ਤਰੀਕੇ ਨਾਲ ਪੰਜਾਬ ਦਾ ਇਹਨਾਂ ਵਿੱਚੋਂ ਜੀਓਗ੍ਰਾਫੀਕਲ ਇੰਡੀਕੇਟਰ ਕਿਹੜਾ ਹੈ ਜੀ ਇੱਥੇ ਜ਼ਿਆਦਾਤਰ ਆਨਸਰ ਜੋ ਹੈ ਬੱਚੇ A ਲਗਾ ਰਹੇ ਨੇ ਕੁਝ ਹੀ ਸਟੂਡੈਂਟਸ ਨੇ ਜੋ ਸੋਨਮ ਕੰਬੋਜ ਪਿਨੇਕਲ ਫਿਊਚਰ ਮਨਜੀਤ ਜੋ C ਉੱਤਰ ਦੇ ਰਹੇ ਨੇ ਲੇਕਿਨ ਇਸ ਦਾ ਜੋ ਸਹੀ ਉੱਤਰ ਹੈ ਜਿਸ ਸਿਰਫ ਸਿਰਫ ਫੁਲਕਾਰੀ ਇਜ਼ ਦਾ ਜੀਓਗ੍ਰਾਫੀਕਲ ਇੰਡੀਕੇਟਰ ਆਫ ਪੰਜਾਬ ਹਾਂਜੀ ਠੀਕ ਹੈ ਅਤੇ ਨਾਲ ਹੀ ਨਾਲ ਜੋ ਹੈ ਪੰਜਾਬ ਦੀ ਗੱਲ ਚੱਲੀ ਹੈ ਇੱਕ ਛੋਟਾ ਜਿਹਾ ਪ੍ਰਸ਼ਨ ਹੋਰ ਪੁੱਛ ਲੈਣਾ ਤੁਹਾਡੇ ਤੋਂ ਇੱਕੋ ਕੁਐਸਚਨ ਚ ਦੋ ਤਿੰਨ ਪ੍ਰਸ਼ਨ ਹੋ ਜਾਣਗੇ ਦੋਸਤੋ ਪੰਜਾਬ ਦੇ ਪੰਜਾਬ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਨਾਮ ਨੇ ਜੋ ਅਸੀਂ ਜੋ ਹੈ ਐਂਸ਼ੀਅੰਟ ਟਾਈਮ ਪੀਰੀਅਡ ਤੇ ਹੈ ਦੇਖਦੇ ਹਾਂ ਸੁਣਦੇ ਹਾਂ ਫਿਰ ਮੀਡੀ}{|\text{e}v\text{e}l} ਜੋ ਹੈ ਟਾਈਮ ਪੀਰੀ}{|\text{o}d} ਤੇ ਜੋ ਅਸੀਂ ਸੁਣਦੇ ਹਾਂ ਕਿਤਾਬਾਂ ਦੇ ਵਿੱਚ ਲਿਖਦੇ ਹਾਂ ਪੰਜਾਬ ਦੇ ਪੰਜਾਬ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਨਾਮ ਨੇ ਜੋ ਤੁਹਾਨੂੰ ਪਤਾ ਨੇ ਹਾਂਜੀ ਠੀਕ ਹੈ ਵੈਰੀ ਗੁੱਡ ਅਜਿੰਦਰ ਠੀਕ ਹੈ ਤਾਂ ਅਸੀਂ ਜੋ ਹੈ ਪੰਚਨੰਦ ਵੀ ਲਿਖ ਦਿੰਦੇ ਹਾਂ ਜੀ ਠੀਕ ਹੈ ਪੰਚਨੰਦ ਉਸ ਤੋਂ ਇਲਾਵਾ ਜੋ ਹੈ ਨਾਨਾ ਸਟੂਡੈਂਟਸ ਲਿਖਦੇ ਰਹਿਣਗੇ ਉਮੀਦ ਕਰਨਾ ਹੈ ਪੈਂਟੋਪੋਟਾਮੀਆ ਹੈ ਠੀਕ ਹੈ ਜੀ ਫਿਰ ਉਸ ਤੋਂ ਇਲਾਵਾ ਇਸ ਇਲਾਕੇ ਨੂੰ ਇਹ ਸ਼ਪਤ ਸਿੰਧੂ ਵੀ ਕਹਿੰਦੇ ਸੀ ਹਾਂਜੀ ਫਿਰ ਦੋਸਤੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀ}{|\text{o}d} ਤੇ ਇਸ ਇਲਾਕੇ ਨੂੰ ਲਾਹੌਰ ਸੂਬਾ ਵੀ ਕਹਿੰਦੇ ਸੀ ਜੀ ਠੀਕ ਹੈ ਤਾਂ ਲਾਹੌਰ ਸੂਬਾ ਪੈਂਟੋਪਟਾਮੀਆ ਸਫਰ ਸਿੰਧੂ ਠੀਕ ਹੈ ਅਤੇ ਪੰਚਨੰਦ ਹਾਂਜੀ ਠੀਕ ਹੈ ਅ ਦੋਸਤੋ ਅਤੇ ਵੈਰੀ ਗੁੱਡ ਰਜਿੰਦਰ ਠੀਕ ਹੈ ਤਾਂ ਦੋਸਤੋ ਇਹ ਸਾਰੇ ਦੇ ਸਾਰੇ ਜੋ ਨਾਮ ਨੇ ਹੈ ਪੰਜਾਬ ਦੇ ਨੇ ਜੋ ਅਲੱਗ-ਅਲੱਗ ਟਾਈਮ ਪੀਰੀਅਡ ਤੇ ਰਹੇ ਫਿਰ ਚੱਲਦੇ ਹਾਂ ਨੈਕਸਟ ਕੁਐਸਚਨ ਤੇ 3rd ਕੁਐਸਚਨ ਦੇ 3rd ਕੁਐਸਚਨ ਹੈ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਦੋਸਤੋ ਇਹਨਾਂ ਵਿੱਚੋਂ ਕਿਸ ਰਿਲੀਜੀਅਸ ਪਲੇਸਸ ਨੂੰ ਕਿਸ ਧਾਰਮਿਕ ਸਥਾਨ ਨੂੰ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਟਾਈਮ ਪੀਰੀਅਡ ਤੇ ਹੈ ਜੋ ਦਾਨਪੁਨ ਕੀਤਾ ਬਹੁਤ ਸਾਰੀਆਂ ਗ੍ਰਾਂਟਸ ਦਿੱਤੀਆਂ ਤਾਂ ਇੱਥੇ ਪਹਿਲਾ ਆਪਸ਼ਨ ਹੈ ਜੋ ਹੈ ਹਰਮੰਦਰ ਸਾਹਿਬ ਦੋਸਤੋ ਸ੍ਰੀ ਹਰਮੰਦਰ ਸਾਹਿਬ ਜੋ ਅੰਮ੍ਰਿਤਸਰ ਦੇ ਵਿੱਚ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਜੋ ਨੰਦੇੜ ਮਹਾਰਾਸ਼ਟਰ ਦੇ ਵਿੱਚ ਹੈ ਜੀ ਇੱਥੇ ਲਿਖਦੇ ਨੇ ਮਹਾਰਾਸ਼ਟਰ ਫਿਰ ਵਿਸ਼ਵਨਾਥ ਜੋ ਟੈਂਪਲ ਬਨਾਰਸ ਜੋ ਦੋਸਤੋ ਯੂਪੀ ਦੇ ਵਿੱਚ ਹੈ ਜਾਂ ਫਿਰ ਸਾਰੇ ਹੀ ਇਸ ਦੇ ਕਰੈਕਟ ਆਨਸਰ ਨੇ ਹਾਂ ਜੀ ਮਹਾਰਾਜਾ ਰਣਜੀਤ ਸਿੰਘ ਦੇਖੋ ਇੱਥੇ ਇੱਕ ਗੱਲ ਤਾਂ ਕਲੀਅਰ ਹੋ ਰਹੀ ਹੈ ਕਿ ਜਦੋਂ ਅਸੀਂ ਸ੍ਰੀ ਹਰਮਿੰਦਰ ਸਾਹਿਬ ਦੀ ਗੱਲ ਕਰ ਰਹੇ ਹਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਗੱਲ ਕਰ ਰਹੇ ਹਾਂ ਸਿੱਖ ਧਰਮ ਦੇ ਵਿੱਚ ਜੋ ਪੰਜ ਤਖਤ ਨੇ ਉਹਨਾਂ ਵਿੱਚੋਂ ਇਹ ਦੋ ਤਖਤ ਨੇ ਜੇ ਅਸੀਂ ਸਾਰੇ ਪੰਜੇ ਤਖਤਾਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚੋਂ ਦੋਸਤੋ ਸ੍ਰੀ ਹਰਮਿੰਦਰ ਸਾਹਿਬ ਜੋ ਸ੍ਰੀ ਅਕਾਲ ਤਖਤ ਅੰਮ੍ਰਿਤਸਰ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਹੀ ਜੋ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਵਿੱਚ ਉਸ ਤੋਂ ਇਲਾਵਾ ਦਮਦਮਾ ਸਾਹਿਬ ਦੋਸਤੋ ਜੋ ਜੁੱਤਲਵੰਡੀ ਸਾਹਬੋ ਬਠਿੰਡਾ ਦੇ ਵਿੱਚ ਪੰਜਾਬ ਦੇ ਵਿੱਚ ਇਹ ਤਿੰਨ ਤਖਤ ਨੇ ਅਤੇ ਪੰਜਾਬ ਤੋਂ ਇਲਾਵਾ ਤਖਤ ਸ਼੍ਰੀ ਪਟਨਾ ਸਾਹਿਬ ਜਿੱਥੇ ਦਸਵੇਂ ਗੁਰੂ ਸਾਹਿਬ ਦਾ ਜਨਮ ਹੋਇਆ ਸੀ ਅਤੇ ਤਖਤ ਸ਼੍ਰੀ ਹਜੂਰ ਸਾਹਿਬ ਦੋਸਤੋ ਜੋ ਨੰਦੇੜ ਮਹਾਰਾਸ਼ਟra ਦੇ ਵਿੱਚ ਹੈ ਜਿੱਥੇ ਗੁਰੂ ਸਾਹਿਬ ਨੇ ਆਪਣਾ ਅਖੀਰਲਾ ਸਮਾਂ ਬਿਤਾਇਆ ਸੀ ਤਾਂ ਇਹ ਪੰਜ ਤਖਤ ਨੇ ਅਤੇ ਨਾਲ ਹੀ ਨਾਲ ਦੱਸਣਾ ਚਾਹਾਂਗਾ ਕਿ ਜੋ ਪੰਜਾਬ ਤੋਂ ਬਾਹਰ ਤੱਕ શ્રી ਪਟਨਾ ਸਾਹਿਬ ਅਤੇ ਤੱਕ શ્રી ਹਜੂਰ ਸਾਹਿਬ ਨੇ ਇਹਨਾਂ ਦੋਨਾਂ ਤਕਤਾਂ ਦੀ ਜੋ ਕੰਸਟਰਕਸ਼ਨ ਹੈ ਦੋਸਤੋ ਇਹਨਾਂ ਦੀ ਜੋ ਸਰੰਚਨਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਨੇ ਹੀ ਆਪਣੇ ਟਾਈਮ ਪੀਰੀਅਡ ਤੇ ਕਰਾਈ ਸੀ ਅਤੇ ਇਸ ਦਾ ਜੋ ਕਰੈਕਟ ਆਨਸਰ ਹੈ ਜੀ ਡੀ ਸਾਰੇ ਦੇ ਸਾਰੇ ਵਿਸ਼ਵਨਾਥ ਟੈਂਪਲ ਦੇ ਵਿੱਚ ਵੀ ਜੋ ਹੈ ਉਹਨਾਂ ਨੇ ਬਹੁਤ ਸਾਰਾ ਚੜਾਵਾ ਦਿੱਤਾ ਸੀ ਉੱਥੇ ਵੀ ਬਹੁਤ ਸਾਰਾ ਕੰਸਟਰਕਸ਼ਨ ਵਰਕ ਉਹਨਾਂ ਨੇ ਕਰਾਇਆ ਸੀ ਜੀ ਹਾਂ ਜੀ ਇੱਥੇ ਜੋ ਸਟੂਡੈਂਟਸ ਸ਼ਾਇਦ ਜੋ ਥੋੜਾ ਜਿਨ੍ਹਾਂ ਨੇ ਘੱਟ ਪੜਿਆ ਪੰਜਾਬ ਜੀਕੇ ਉਹਨਾਂ ਨੂੰ ਖਾਸ ਕਰਕੇ ਮੈਂ ਦੱਸਣਾ ਚਾਹਾਂਗਾ ਕਈ ਵਾਰ ਨਵਾਂ ਜੋ ਸਟੂਡੈਂਟ ਹੈ ਉਹ ਕਨਫਿਊਜ਼ਡ ਹੋ ਜਾਂਦੇ ਨੇ ਕਿ ਜੋ ਨਨਕਾਣਾ ਸਾਹਿਬ ਹੈ ਤਾਂ ਕੀ ਉਹ ਵੀ ਪੰਜ ਤਖਤਾਂ ਦੇ ਵਿੱਚੋਂ ਇੱਕ ਹੈ ਤਾਂ ਇਸ ਦਾ ਆਨਸਰ ਹੈ ਨਹੀਂ ਜੋ ਪੰਜ ਤਖਤ ਨੇ ਸਿੱਖੀਜ਼ਮ ਨਾਲ ਜੁੜੇ ਹੋਏ ਪੰਜੇ ਦੇ ਪੰਜ ਭਾਰਤ ਦੇ ਵਿੱਚ ਨੇ ਜਿਸ ਦੇ ਵਿੱਚੋਂ ਤਿੰਨ ਪੰਜਾਬ ਦੇ ਵਿੱਚ ਇੱਕ ਬਿਹਾਰ ਅਤੇ ਇੱਕ ਮਹਾਰਾਸ਼ਟਰ ਦੇ ਵਿੱਚ ਹੈ ਇਹ ਤੁਸੀਂ ਯਾਦ ਰੱਖਣਾ ਹੈ ਹਾਂਜੀ ਰਜਿੰਦਰ ਦੇ ਕਾਫੀ ਸਾਰੇ ਮੈਸੇਜਸ ਆ ਰਹੇ ਨੇ ਅੱਜ ਅਤੇ ਇਵਨ ਜਵਾਲਾ ਮਾ ਮੰਦਰ ਵੀ ਗੋੜ ਚੜਾਇਆ ਸੀ ਰঞ্জੀਤ ਸਿੰਘ ਜੀ ਨੇ ਹਾਂਜੀ ਠੀਕ ਹੈ। ਕਿਆ ਸਰ ਆਪ ਬੈਂਕਿੰਗ ਅਵੇਅਰਨੈਸ ਸਬਜੈਕਟ ਦੀ ਕਲਾਸਾਂ ਸਟਾਰਟ karenge? ਹਾਂਜੀ। ਹਾਂਜੀ ਬੀਸਤ ਜਗਮੀਤ ਫਿਲਹਾਲ ਤਾਂ ਇਸ ਤਰ੍ਹਾਂ ਦੀ ਕੋਈ ਉਮੀਦ ਨਹੀਂ ਹੈ ਬੀਸਤ ਜਗਮੀਤ ਬੈਂਕਿੰਗ ਦੇ ਲਈ ਤਾਂ ਨਹੀਂ ਲੇਕਿਨ ਜੇ ਤੁਸੀਂ ਸਿਰਫ ਬੈਂਕਿੰਗ ਅਵੇਅਰਨੈਸ ਦੀ ਜੇ ਗੱਲ ਕਰ ਰਹੇ ਹੋ ਤਾਂ ਆਬਵੀਅਸਲੀ ਗੱਲ ਹੈ ਜੋ ਸਾਡਾ ਕੋਰਸ ਹੈ ਜੋ ਅਸੀਂ ਮਾਸਟਰ ਕੋਰਸ ਸ਼ੁਰੂ ਕੀਤਾ ਹੋਇਆ ਹੈ। ਜੋ ਹਰ ਰੋਜ਼ ਈਵਨਿੰਗ ਦੇ ਵਿੱਚ 4 ਤੋਂ 7 ਵਜੇ ਦੋਸਤੋ ਅਸੀਂ ਉਸ ਨੂੰ ਹੈ ਇੱਕ ਕਲਾਸ ਨੂੰ ਪੜਾਉਂਨੇ ਹਾਂ ਉਹਦੇ ਵਿੱਚ ਜਦੋਂ ਇਕਨੋਮਿਕਸ ਪੜਾਈ ਜਾਵੇਗੀ ਤਾਂ ਉਹਦੇ ਵਿੱਚ ਇਹ ਜੋ ਬੈਂਕਿੰਗ ਅਵੇਅਰਨੈਸ ਵਾਲਾ ਪਾਰਟ ਹੈ ਜਿਹਦੇ ਵਿੱਚ ਖਾਸ ਕਰਕੇ ਦੋਸਤੋ ਰਿਜ਼ਰਵ ਬੈਂਕ ਆਫ ਇੰਡੀਆ ਹੈ ਜਾਂ ਫਿਰ ਬੈਂਕਿੰਗ ਦੇ ਕੁਝ ਕੋਰ ਟਾਪਿਕਸ ਨੇ ਜਿਵੇਂ ਕਿ ਸੇਵਿੰਗ ਕਾਊਂਟ ਕਰੰਟ ਅਕਾਊਂਟ ਡਿਪੋਜ਼ਿਟਸ ਹੈ ਲੋਨਸ ਹੈ ਪ੍ਰਾਇੋਰਟੀ ਸੈਕਟਰ ਲੈਂਡਿੰਗ ਹੈ ਇਹ ਸਾਰੇ ਦੇ ਸਾਰੇ ਇੰਪੋਰਟੈਂਟ ਟਾਪਿਕਸ ਨੇ ਇਕਨੋਮਿਕਸ ਵਾਲੀ ਕਲਾਸਾਂ ਦੇ ਵਿੱਚ ਕਵਰ ਜ਼ਰੂਰ ਹੋਣਗੇ ਜਿਸੇ ਤੁਸੀਂ ਬੈਂਕਿੰਗ ਅਵੇਅਰਨੈਸ ਦੇ ਟਾਪਿਕ ਦੀ ਗੱਲ ਕਰਦੇ ਹੋ ਕਿ ਜੇ ਤੁਸੀਂ ਜੋ ਹੈ ਇਸ ਸਾਲ ਵੀ ਪੂਰੇ ਚੰਗੇ ਤਰੀਕੇ ਨਾਲ ਤਿਆਰੀ ਕਰ ਰਹੇ ਹੋ ਤੁਸੀਂ ਸਾਰੇ ਐਗਜ਼ਾਮਸ ਨੇ ਡੈਡੀਕੇਟਡਲੀ ਦੇਣੇ ਨੇ ਅਤੇ ਤੁਹਾਡੀ ਤਿਆਰੀ ਜੋ ਹੈ ਤੁਹਾਨੂੰ ਲੱਗਦਾ ਹੈ ਉਸ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਤੁਸੀਂ ਜੋ ਹੈ ਸ਼ੁਰੂ ਤੋਂ ਦੁਬਾਰਾ ਕਰਨਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਤੁਸੀਂ ਸਾਡੇ ਜੋ ਨਿਚੇ ਦਿੱਤੇ ਗਏ ਨੰਬਰਸ ਨੇ ਡਿਸਕ੍ਰਿਪਸ਼ਨ ਦੇ ਵਿੱਚ ਉਹਨਾਂ ਤੇ ਕਾਲ ਕਰ ਸਕਦੇ ਹੋ ਕਿਉਂਕਿ ਅਸੀਂ ਜੋ ਹੈ ਹਫਤਾ ਪਹਿਲਾਂ ਆਪਣਾ ਬੈਚ ਸ਼ੁਰੂ ਕੀਤਾ ਹੈ ਦੋਸਤੋ ਇਵਨ ਇਸ ਦੀਆਂ ਜੋ ਡੈਮੋ ਕਲਾਸਸ ਵੀ ਹੈ ਜੇ ਤੁਸੀਂ ਕਾਲ ਕਰਕੇ ਦੇਖਣਾ ਚਾਹੁੰਦੇ ਹੋ ਉਹ ਵੀ ਜੋ ਹੈ ਤੁਹਾਨੂੰ ਅਵੇਲੇਬਲ ਹੋ ਜਾਣਗੀਆਂ ਜੀ ਰਜਿੰਦਰ ਨੇ ਫੇਰ ਕਾਫੀ ਕੁਝ ਲਿਖਿਆ ਹੈ ਠੀਕ ਹੈ ਅਤੇ ਹਾਂਜੀ ਗੁਰੂ ਜੀ ਬੋਟ ਅਨੰਦਪੁਰ ਏਰੀਆ ਆਫ ਜਸਟ 500 ਰੁਪੀ ਹਾਂਜੀ ਚਲੋ ਦੋਸਤੋ ਚਲਦੇ ਹਾਂ ਸਾਡੇ ਨੈਕਸਟ ਕੁਐਸਚਨ ਦੇ ਨੈਕਸਟ ਕੁਐਸਚਨ ਹੈ ਕਿ ਇਹਨਾਂ ਵਿੱਚੋਂ ਦੱਸਣਾ ਹੈ ਠੀਕ ਕਿਹੜਾ ਪੁਆਇੰਟ ਹੈ ਪਹਿਲਾ ਪੁਆਇੰਟ ਹੈ ਕਿ ਜੋ 2011 ਦਾ ਸੈਂਸਸ ਹੈ ਠੀਕ ਹੈ ਦੋਸਤੋ ਇਸ ਦੇ ਵਿੱਚ ਜੋ ਐਗਰੀਕਲਚਰ ਦਾ ਪਰਸੈਂਟੇਜ ਹੈ ਐਗਰੀਕਲਚਰ ਲੇਬਰ ਦਾ ਕੰਸਟੀਟਿਊਟਸ ਮੋਰ ਦੈਨ 30% ਆਫ ਟੋਟਲ ਵਰਕਰਸ ਇਨ ਦਾ ਸਟੇਟ ਆਫ ਪੰਜਾਬ ਦੋਸਤੋ ਪੰਜਾਬ ਦੇ ਵਿੱਚ ਜੋ ਟੋਟਲ ਵਰਕਰਸ ਨੇ ਉਹਦੇ ਵਿੱਚੋਂ 30% ਦੋਸਤੋ ਜੋ ਹੈ 30% ਤੋਂ ਵੀ ਜ਼ਿਆਦਾ ਜੋ ਜੋ ਵਰਕਰਸ ਨੇ ਉਹ ਐਗਰੀਕਲਚਰ ਲੇਬਰ ਦੇ ਤੌਰ ਤੇ ਕੰਮ ਕਰਦੇ ਨੇ ਜਿਵੇਂ ਅਸੀਂ ਆਮ ਤੌਰ ਤੇ ਗੱਲ ਕਰਦੇ ਹਾਂ ਕਿ ਕਣਕ ਦੀ ਵੜਾਈ ਵੇਲੇ ਜਾਂ ਦੋਸਤੋ ਝੋਨੇ ਦੀ ਜੋ ਜੋ ਫਸਲ ਪੱਕ ਜਾਂਦੀ ਹੈ ਤਾਂ ਐਜ਼ ਅ ਐਗਰੀਕਲਚਰ ਲੇਬਰ ਟੋਟਲ ਵਰਕਰਸ ਦਾ 30% ਤੋਂ ਜ਼ਿਆਦਾ ਐਗਰੀਕਲਚਰ ਦੇ ਵਿੱਚ ਹੀ ਕੰਮ ਕਰ ਰਿਹਾ ਹੈ ਲੇਬਰ ਦਾ ਅਤੇ 2019 ਦਾ ਅੰਕੜਾ ਕਹਿੰਦਾ ਹੈ ਦੂਜਾ ਪੁਆਇੰਟ ਹੈ ਕਿ ਪੰਜਾਬ ਹੈਜ਼ ਨੀਅਰਲੀ 25 ਲੱਖ ਹੈਕਟੇਰ ਦੋਸਤੋ ਜੋ ਬਾਸਮਤੀ ਦੀ ਅਸੀਂ ਗੱਲ ਕਰਦੇ ਹਾਂ ਝੋਨੇ ਦੀ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਲੋਕ ਜ਼ਿਆਦਾ ਝੋਨਾ ਜਾਂ ਜ਼ਿਆਦਾ ਚਾਵਲ ਨਹੀਂ ਖਾਂਦੇ ਠੀਕ ਹੈ ਜ਼ਿਆਦਾਤਰ ਅਸੀਂ ਦੇਖਦੇ ਹਾਂ ਚਾਵਲ ਦੀ ਜੋ 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 ਡਿਮਾਂਡ ਹੈ ਦੋਸਤੋ ਐਜ਼ ਅ ਫੂਡ ਜੋ ਹੈ ਅਸੀਂ ਦੇਖਦੇ ਹਾਂ ਜ਼ਿਆਦਾਤਰ ਜੋ ਹੈ ਸਾਊਥ ਇੰਡੀਆ ਦੇ ਵਿੱਚ ਉਸ ਤੋਂ ਬਾਅਦ ਬੰਗਾਲ ਹੈ ਉੜੀਸਾ ਹੈ ਜੋ ਹੈ ਬਿਹਾਰ ਹੈ ਉਧਰ ਜ਼ਿਆਦਾ ਰਹਿੰਦੀ ਹੈ ਠੀਕ ਹੈ ਲੇਕਿਨ ਫਿਰ ਵੀ जो है ए, ए बहुत व्डा एक कंसर्न का भी इशू है बहुत सारे जो जो कृषि विज्ञानिक कहें क्योंकि ओबियसली गल है इस दोस्तों ज़्यादातर जो पानी यूज कराया जाता है क्योंकि बारिश हर साल नहीं होंगी तो जो ग्राउंड वाटर यूज़ कराया है जिस करके जो ग्राउंड वाटर का लैवल है बहुत नीचे चला गया है तो हूँ क्वेश्चन यह है ਪੰਜਾਬ ਦੇ ਵਿੱਚ ਜੋ 25 ਲੱਖ ਏਕੜ ਹੈ ਦੋਸਤੋ ਜੋ ਹੈ ਜੋ ਚੋਨੇ ਦੇ ਅੰਡਰ ਹੈ ਜੋ ਚੋਨਾ ਹੈ ਦੋਸਤੋ ਜੋ ਰਾਈਸ ਹੈ ਉਸ ਦੀ ਕਲਟੀਵੇਸ਼ਨ ਕੀਤੀ ਜਾਂਦੀ ਹੈ 25 ਲੱਖ ਏਕੜ ਦੇ ਵਿੱਚ which is less water consuming than other varieties of paddy ਤਾਂ ਦੋਸਤੋ ਜੋ ਚੋਨੇ ਦੀ ਇਹ ਜੋ ਬਾਸਮਤੀ ਦਾ ਜੋ ਕਿਸਮ ਹੈ ਠੀਕ ਹੈ ਤਾਂ ਇਹ ਬਾਕੀ ਵੈਰਾਈਟੀਆਂ ਨਾਲੋਂ ਹੈ ਕੱਟ ਪਾਣੀ ਨੂੰ ਕੰਜ਼ਿਊਮ ਕਰਦੀ ਹੈ ਕਹਿਣ ਦਾ ਮਤਲਬ ਹੈ ਕਿ ਵੈਸੇ ਕੰਜ਼ਿਊਮ ਤਾਂ ਸਾਰੀਆਂ ਹੀ ਵੈਰਾਈਟੀਆਂ ਕਰਦੀਆਂ ਨੇ ਦੇਖੋ ਬਾਸਮਤੀ ਰਾਈਸ ਦਾ ਪ੍ਰਾਈਸ ਵੀ ਥੋੜਾ ਜ਼ਿਆਦਾ ਰਹਿੰਦਾ ਹੈ ਕੁਆਲਿਟੀ ਜ਼ਿਆਦਾ ਚੰਗੀ ਹੈ ਐਕਸਪੋਰਟ ਦੇ ਵਿੱਚ ਵੀ ਇਹ ਕਾਫੀ ਜੋ ਹੈ ਦੋਸਤੋ ਜੋ ਹੈ ਕਾਫੀ ਵੱਡੀ ਮਾਤਰਾ ਦੇ ਵਿੱਚ ਐਕਸਪੋਰਟ ਵੀ ਹੁੰਦਾ ਹੈ ਤਾਂ ਬਾਕੀ ਵੈਰਾਈਟੀਆਂ ਦੇ ਨਾਲੋਂ ਬੈੜੀ ਦੀਆਂ ਚੋਨੇ ਦੀਆਂ ਜੋ ਬਾਸਮਤੀ ਦੀ ਜੋ ਕਿਸਮ ਹੈ ਇਹ ਕੱਟ ਪਾਣੀ ਕੰਜ਼ਿਊਮ ਕਰਦੀ ਹੈ ਤਾਂ ਤੁਸੀਂ ਦੱਸੋਗੇ ਦੋਨਾਂ ਵਿੱਚੋਂ ਪਹਿਲਾ ਪੁਆਇੰਟ ਠੀਕ ਦੂਜਾ ਠੀਕ ਦੋਨੋਂ ਠੀਕ ਹੈ ਜਾਂ ਦੋਨੋਂ ਹੀ ਗਲਤ ਹਾਂਜੀ ਅਤੇ ਦੋਸਤੋ ਇੱਥੇ ਇਹ ਵੀ ਕਲੀਅਰ ਹੋ ਰਿਹਾ ਹੈ ਨਾ ਤੁਹਾਨੂੰ ਮੈਂ ਉਮੀਦ ਕਰਨਾ ਹੈ ਅੱਜ ਤੁਹਾਡੇ ਕੁਐਸਚਨਸ ਥੋੜੇ ਜੇ ਟਫ ਤੁਹਾਨੂੰ ਲੱਗ ਰਹੇ ਹੋਣੇ ਉਹ ਥੋੜੇ ਟਫ ਕਿਉਂ ਕਿਉਂਕਿ ਓਬਵੀਅਸਲੀ ਗੱਲ ਹੈ PCS ਦਾਸੀਂ ਪੇਪਰ ਮਤਲਬ PPSC ਦਾ ਪੇਪਰ ਦੇਣਾ ਠੀਕ ਹੈ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਇਸ ਲੈਵਲ ਤੱਕ ਹੀ ਕੁਐਸਚਨ ਆਉਣਗੇ ਲੇਕਿਨ ਹੋ ਸਕਦਾ ਹੈ ਕਿ ਜੇ 15-20 ਕੁਐਸਚਨਸ ਆਏ ਕਰੰਟ ਅਫੇਅਰ ਦੇ ਤਾਂ ਆਊਟ ਆਫ 20 ਪੰਜ-ਸੱਤ ਕੁਐਸਚਨ ਇਸ ਤਰ੍ਹਾਂ ਦੇ ਵੀ ਆ ਸਕਦੇ ਨੇ ਤਾਂ ਸਾਨੂੰ ਹਰ ਤਰੀਕੇ ਨਾਲ ਪ੍ਰਪੇਅਰ ਹੋਣ ਦੀ ਜ਼ਰੂਰਤ ਹੈ ਹਰ ਤਰ੍ਹਾਂ ਦਾ ਫੈਕਟਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਹਾਂਜੀ ਠੀਕ ਹੈ ਤਾਂ ਇਸ ਦੇ ਵਿੱਚ ਅਸੀਂ ਦੇਖੀਏ ਦੋਸਤੋ ਜੋ ਸਿਰਫ ਸਿਰਫ ਦੂਜਾ ਹੀ ਜੋ ਪੁਆਇੰਟ ਹੈ ਉਹ ਠੀਕ ਹੈ ਜੀ ਪਹਿਲਾ ਪੁਆਇੰਟ ਬਿਲਕੁਲ ਗਲਤ ਹੈ 2011 ਦਾ ਸੈਂਸਸ ਕਹਿੰਦਾ ਹੈ ਕਿ ਦੋਸਤੋ ਜੋ ਟੋਟਲ ਵਰਕ ਫੋਰਸ ਹੈ ਪੰਜਾਬ ਦੇ ਵਿੱਚ ਲਗਭਗ ਇਹ ਸਰਕਾਰੀ ਆંકੜੇ ਨੇ ਜੋ ਹੈ ਦੋਸਤੋ ਜੋ ਹੈ 999037328 ਉਸ ਦੇ ਵਿੱਚੋਂ ਜੋ ਲਗਭਗ 35000 ਦੇ ਲਗਭਗ ਜੋ ਲੇਬਰ ਹੈ ਉਹ ਡਿਪੈਂਡੈਂਟ ਹੈ ਐਗਰੀਕਲਚਰ ਦੇ ਤਾਂ ਦੋਸਤੋ ਐਂਡ ਅਲਾਈਡ ਐਕਟੀਵिटीज ਕਲਟੀਵੇਟਰਸ ਐਂਡ ਐਗਰੀਕਲਚਰ ਲੇਬਰਸ ਡਾਇਰੈਕਟਲੀ ਤਾਂ ਇਹਦਾ ਮਤਲਬ ਹੈ ਕਿ ਦੋਸਤੋ ਟੋਟਲ ਜੋ ਹੈ ਇੱਥੇ 36% ਮਤਲਬ ਇੱਥੇ ਜੋ ਹੈ ਸਿਰ 25% ਦਾ ਆਂਕੜਾ ਲਿਖਿਆ ਹੈ ਤਾਂ ਇੱਥੇ ਜੋ 30% ਦਾ ਆਂਕੜਾ ਲਿਖਿਆ ਹੈ ਦੋਸਤੋ 36% ਜੋ ਟੋਟਲ ਵਰਕਫੋਰਸ ਹੈ ਜੋ ਅਸੀਂ ਦੇਖਦੇ ਹਾਂ ਉਹ ਲੇਬਰ ਜੋ ਫੋਰਸ ਹੈ ਉਹ ਐਗਰੀਕਲਚਰ ਦੇ ਵਿੱਚ ਹੀ ਕੰਮ ਕਰ ਰਹੀ ਹੈ ਤਾਂ ਇਸ ਤੋਂ ਇਹ ਵੀ ਕਲੀਅਰ ਗੱਲ ਹੋ ਰਹੀ ਹੈ ਕਿ ਇੱਥੇ ਜੋ ਅਸੀਂ ਜਦੋਂ ਅਸੀਂ ਕਿਸੇ ਵੀ ਸਟੇਟ ਦੇ ਵਿੱਚ ਜਿਵੇਂ ਮਹਾਰਾਸ਼ਟਰ ਦੀ ਗੱਲ ਕਰੀਏ ਉੱਥੇ ਅਸੀਂ ਜੋ ਲੇਬਰ ਫੋਰਸ ਦੀ ਗੱਲ ਕਰਾਂਗੇ ਜਿੱਥੇ ਜਿੰਨੀ ਜ਼ਿਆਦਾ ਲੇਬਰ ਫੋਰਸ ਮਤਲਬ ਉੱਥੇ ਸ਼ਾਇਦ ਇੰਡਸਟਰੀ ਉਨੀ ਜ਼ਿਆਦਾ ਹੋਵੇਗੀ ਉਨੀ ਜ਼ਿਆਦਾ ਉੱਥੇ ਪ੍ਰੋਡਕਸ਼ਨ ਹੁੰਦੀ ਹੋਏਗੀ ਲੇਕਿਨ ਪੰਜਾਬ ਦੇ ਮਾਮਲੇ ਦੇ ਵਿੱਚ ਇਹ ਸਹੀ ਨਹੀਂ ਹੈ ਕਿਉਂਕਿ ਐਗਰੀਕਲਚਰ ਅੰਡਰ ਬਹੁਤ ਜ਼ਿਆਦਾ ਏਰੀਆ ਹੋਣ ਕਰਕੇ ਇੱਥੇ ਵੱਡੇ ਸਤਰ ਤੇ ਜੋ ਲੇਬਰ ਹੈ ਸਾਨੂੰ ਐਗਰੀਕਲਚਰ ਪਰਪਸ ਦੇ ਲਈ ਵੀ ਚਾਹੀਦੀ ਹੁੰ ਅਤੇ ਇਹ ਅਸੀਂ ਵੇਖਿਆ ਕੋਵਿਡ ਦੇ ਟਾਈਮ ਪੀਰੀਅਡ ਤੇ ਜਦੋਂ ਕੋਵਿਡ ਦੇ ਖਤਰੇ ਕਾਰਨ ਦੋਸਤੋ ਜੋ ਬਹੁਤ ਸਾਰੇ ਜੋ ਮਾਈਗਰੇਟਰਸ ਇੱਥੇ ਹੁੰਦੇ ਨੇ ਲੇਬਰ ਦਾ ਕੰਮ ਕਰਨ ਯੂਪੀ ਤੋਂ ਬਿਹਾਰ ਤੋਂ ਝਾਰਖੰਡ ਤੋਂ ਤਾਂ ਦੋਸਤੋ ਉਹਨਾਂ ਦੇ ਵਾਪਸ ਜਾਣ ਨਾਲ ਹੈ ਇੱਥੇ ਵੀ ਕਾਫੀ ਵੱਡਾ ਜੋ ਅਸਰ ਪਿਆ ਸੀ ਅਤੇ ਦੋਸਤੋ ਫਸਲ ਦੇ ਵਿੱਚ ਉਸ ਦਾ ਝਾੜ ਦੇਖਣ ਨੂੰ ਵੀ ਸਾਨੂੰ ਉਸ ਤੋਂ ਰਿਜ਼ਲਟ ਤੋਂ ਵੀ ਪਤਾ ਲੱਗ ਗਿਆ ਨਾਲ ਹੀ ਨਾਲ ਜਿਹੇ ਕੁਝ ਸਟੂਡੈਂਟਸ ਹੋਰ ਕੁਝ ਲੇਖ ਰਹੇ ਨੇ ਆਲਮਜੀਤ ਲੇਖ ਰਹੇ ਨੇ ਸਰ ਜਿਹੜੀ ਕੋਆਪਰੇਟਿਵ ਬੈਂਕ ਚ ਕਲਰਕ ਦੀ ਟਾਈਪਿੰਗ ਐਗਜ਼ਾਮ ਹੋਵੇਗਾ हां जी नहीं पूछी बार हां जी ता जो है मेनू लगदा आलमजीत कई दिन बाद आए ने अपने प्रश्नानु लेके कई दिनों तो शांत बैठे हुई सी ठीक है तो दोस्तों ये जो है साडा नेक्स्ट क्वेश्चन हुण ਤੁਸੀਂ ਦੇਖੋ ਇਹਨਾਂ ਵਿੱਚੋਂ ਜੋ ਪੰਜਾਬ ਦਾ ਸਟੇਟ ਬਰਡ ਹੈ ਠੀਕ ਹੈ ਹੁਣ ਇੱਥੇ ਮੈਂ ਇਹ ਤਾਂ ਦੱਸ ਹੀ ਦਵਾ ਪੰਜਾਬ ਦਾ ਜੋ ਸਟੇਟ ਬਰਡ ਹੈ ਦੋਸਤੋ ਉਹ ਬਾਜ਼ ਹੈ ਠੀਕ ਹੈ ਉਸ ਦਾ ਸਾਇੰਟਿਫਿਕ ਨਾਮ ਕੀ ਹੈ ਜੀ ਉਸ ਦਾ ਜ਼ੂਲੋਜੀਕਲ ਨਾਮ ਕੀ ਹੈ ਐਸੈਪਟਰ ਜੈਂਟਲਿਸ ਐਂਟੀਲੋਪ ਸਰਵੀ ਕਾਪਰਾ ਡੈਲਬੀ ਰਜ਼ੀਰੀਆ ਸਿਸੋ ਜਾਂ ਫਿਰ ਆਈਸ਼ੋਰੀਆ ਕ੍ਰੈਸਪਸ ਜੋ ਜ਼ੂਲੋਜੀਕਲ ਨੇਮ ਆਫ ਸਟੇਟ ਬਰਡ ਸਟੇਟ ਬਰਡ ਮੈਂ ਆਲਰੇਡੀ ਦੱਸ ਦਿੱਤਾ ਉਸ ਦੇ ਨਾਲ ਹੀ ਨਾਲ ਮੈਂ ਉਮੀਦ ਕਰਾਂਗਾ ਕਿ ਤੁਸੀਂ ਸਟੇਟ ਜੋ ਹੈ ਟ੍ਰੀ ਉਹ ਵੀ ਮੈਨੂੰ ਦੱਸੋਗੇ ਸਟੇਟ ਐਨੀਮਲ ਉਹ ਵੀ ਮੈਨੂੰ ਦੱਸੋਗੇ ਦੋਸਤੋ ਇਸ ਤੋਂ ਇਲਾਵਾ ਜਿੰਨੇ ਵੀ ਇਹ ਜੋ ਬੇਸਿਕ ਜੇ ਫੈਕਟਰ ਨੇ ਜੋ ਪੰਜਾਬ ਦੀ ਇੱਕ ਪਛਾਣ ਹੈ ਠੀਕ ਹੈ ਰਾਸ਼ਟਰੀ ਜੋ ਹੈ ਸਤਰ ਤੇ ਉੱਪਰ ਉਹ ਸਾਰੇ ਦੇ ਸਾਰੇ ਤੁਸੀਂ ਆਲਰੇਡੀ ਮੈਨੂੰ ਨਾਲ ਨਾਲ ਦੱਸ ਦਵੋ ਜੀ ਅਤੇ ਵੈਰੀ ਗੁੱਡ ਠੀਕ ਹੈ ਅਸੇ ਇਹ ਜੋ ਪੈਰਲ ਕੁਐਸਚਨ ਦੇ ਉੱਤਰ ਦੇਣ ਤੋਂ ਪਹਿਲਾਂ ਜੋ ਐਗਜ਼ੈਕਟ ਕੁਐਸਚਨ ਹੈ ਉਸ ਦਾ ਉੱਤਰ ਸਭ ਤੋਂ ਪਹਿਲਾਂ ਦਿਆ ਕਰਾਂ ਕਿ ਬਾਜ਼ ਦਾ ਜੋ ਜ਼ੋਲੋਜੀਕਲ ਨਾਮ ਕੀ ਹੈ ਜੀ ਠੀਕ ਹੈ ਅਤੇ ਇਥੇ ਉੱਤਰ ਆਉਣੇ ਸਟਾਰਟ ਹੋ ਚੁੱਕੇ ਨੇ ਠੀਕ ਹੈ ਨਾਲ ਹੀ ਨਾਲ ਸਟੂਡੈਂਟਸ ਕੁਝ ਏ ਕਹਿ ਰਹੇ ਨੇ ਅਰਜਿੰਦਰ ਵੀ ਕਹਿ ਰਹੇ ਨੇ ਠੀਕ ਹੈ ਜੀ ਅਥੇ ਨੀਤੂ ਬਾਲਾ ਏ ਠੀਕ ਹੈ ਪੰਜ ਚਾਰੀ ਸਟੂਡੈਂਟਸ ਨੇ ਜੋ ਮੁਰਮੁਰ ਕੇ ਆਨਸਰ ਦੇ ਰਹੇ ਨੇ ਬਾਕੀ ਸਾਰੇ ਸਟੂਡੈਂਟਸ ਇਸ ਨੂੰ ਆਰਾਮ ਨਾਲ ਦੇਖ ਰਹੇ ਨੇ ਕਿ ਸਾਨੂੰ ਆਉਂਦਾ ਨਹੀਂ ਲੇਕਿਨ ਤੁੱਕਾ ਜ਼ਰੂਰ ਲਗਾਇਆ ਕਰੋ ਹੋ ਸਕਦਾ ਹੈ ਤੁਹਾਡਾ ਜੋ ਤੁੱਕਾ ਹੈ ਜੋ ਠੀਕ ਹੁੰਦਾ ਹੈ ਤਾਂ ਕੌਨਫੀਡੈਂਸ ਬਣੇਗਾ ਐਗਜ਼ਾਮ ਦੇ ਵਿੱਚ ਜਾ ਕੇ ਦੋਸਤੋ ਜ਼ਿਆਦਾ ਕੁਐਸਚਨ ਕਰਨ ਦੀ ਸਮਰੱਥਾ ਤੁਹਾਡੀ ਇਨਕਰੀਜ਼ ਹੋਵੇਗੀ ਇਸ ਦਾ ਜੋ ਕਰੈਕਟ ਆਨਸਰ ਹੈ ਰਜਿੰਦਰ ਜੀ ਤੁਸੀਂ ਗਲਤ ਹੋ ਸੈਪਟਰ ਜੈਂਟਲਿਸ ਇਸ ਦਾ ਨੇਮ ਆਫ ਬਾਰ ਦਾ ਸਟੇਟ ਆਫ ਪੰਜਾਬ ਹੈਜ਼ ਕਲਚਰ ਐਸੋਸੀਏਸ਼ਨ ਐਂਡ ਸਿਗਨੀਫੀਕੈਂਸ ਇਨ ਸਿੱਖ ਰਿਲੀਜੀਅਨ ਇਟ ਇਜ਼ ਲੋਕਲੀ ਨੋਨ ਐਸ ਬਾਜ ਅਤੇ ਦੋਸਤੋ ਇਸ ਦਾ ਜੋ ਮਤਲਬ ਹੈ ਇਸ ਦੀ ਜੋ ਸਿੰਬਲ ਹੈ ਇਟ ਇਜ਼ ਅ ਟ੍ਰੈਡੀਸ਼ਨਲ ਰੈਵਰਡ ਐਜ਼ ਅ ਸਿੰਬਲ ਆਫ ਸਟਰੈਂਥ ਤਾਂ ਇੱਕ ਤਾਕਤ ਦਾ ਇੱਕ ਜੋ ਸਿੰਬਲ ਹੈ ਅਤੇ ਇਸ ਦਾ ਜੋ ਜ਼ੋਲੋਜੀਕਲ ਨਾਮ ਹੈ ਦੈਟ ਇਜ਼ ਅ ਅਸੈਪਟਰ ਜੈਂਟਲਿਸ ਇਸ ਤੋਂ ਇਲਾਵਾ ਮੈਂ ਗੱਲ ਕੀਤੀ ਸੀ ਸਟੇਟ ਟ੍ਰੀ ਦੀ ਦੋਸਤੋ ਉਹ ਜੋ ਹੈ ਸਾਡਾ ਟਾਲੀ ਹੈ ਜਿਹਨੂੰ ਅਸੀਂ ਹਾਂਜੀ ਸ਼ੀਸ਼ਮ ਠੀਕ ਹੈ ਅਸੀਂ ਬੋਲ ਦਿੰਨੇ ਹਾਂ ਜੀ ਠੀਕ ਹੈ ਇਸ ਤੋਂ ਇਲਾਵਾ ਜੋ ਸਾਡਾ ਅ ਇੱਥੇ ਤੁਸੀਂ ਕਿਸੇ ਨੇ ਦੱਸਿਆ ਨਹੀਂ ਵੈਸੇ ਸਾਡਾ ਜੋ ਜੋ ਸਟੇਟ ਐਨੀਮਲ ਹੈ ਦੋਸਤੋ ਉਹ ਕਾਲਾ ਹਿਰਨ ਹੈ ਜਿਹਨੂੰ ਅਸੀਂ ਬਲੈਕ ਬੱਕ ਬੋਲ ਦਿੰਨੇ ਆ ਠੀਕ ਹੈ ਬਲੈਕ ਬੱਕ ਉਸ ਤੋਂ ਇਲਾਵਾ ਮੈਨੂੰ ਲੱਗਦਾ ਹੋਰ ਕੁਝ ਕਿਸੇ ਸਟੂਡੈਂਟ ਨੇ ਨਹੀਂ ਲਿਖਿਆ ਦੋ ਤੋਂ ਇਲਾਵਾ ਹਾਂਜੀ ਇਸ ਤੋਂ ਇਲਾਵਾ ਵੈਸੇ ਕੁਐਸਚਨ ਜ਼ਿਆਦਾ ਇੰਪੋਰਟੈਂਟ ਤਾਂ ਨਹੀਂ ਲੇਕਿਨ ਜਦੋਂ ਇਲੈਕਸ਼ਨ ਹੋਇਆ ਸੀ ਪੰਜਾਬ ਦੇ ਵਿੱਚ ਰੀਸੈਂਟਲੀ ਜੇ ਤੁਹਾਨੂੰ ਯਾਦ ਹੋਵੇ ਕਿ ਇਲੈਕਸ਼ਨ ਕਮਿਸ਼ਨ ਜੋ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਹੈ ਉਸਨੇ ਸਾਡਾ ਜੋ ਸਿੰਬਲ ਹੈ ਦੋਸਤੋ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਨੇ ਜੋ ਕੀ ਰੱਖਿਆ ਸੀ ਕਿਸ ਨੂੰ ਹੈ ਇੱਕ ਪ੍ਰਚਾਰ ਦੇ ਤੌਰ ਤੇ ਕਿ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ ਵਾਤਵਾਂ ਦੇ ਇਲੈਕਸ਼ਨ ਕਰਨ ਲਈ ਤਾਂ ਪ੍ਰਚਾਰਕ ਦਾ ਜੋ ਸਿੰਬਲ ਹੈ ਉਹ ਕੀ ਰੱਖਿਆ ਗਿਆ ਸੀ ਅਤੇ ਜਿਵੇਂ ਹੀ ਕੁਐਸਚਨ ਪੁੱਛਿਆ ਉਸੇ ਟਾਈਮ ਹੀ ਅਵਤਾਰ ਨੈਨਸੀ ਮਨ ਕਰੀਰ ਸੋਨਮ ਵਿਵੇਕ ਬੁੱਧ ਪਿਨੇਕਲ ਸਭ ਦੇ ਉੱਤਰ ਆ ਚੁੱਕੇ ਨੇ ਅਨਸਰ ਇਜ਼ ਸ਼ੀਰਾ ਹਾਂਜੀ ਕਰੈਕਟ ਅਨਸਰ ਇਜ਼ ਸ਼ੀਰਾ ਹੈ ਫਿਰ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਸਾਡਾ ਦੋਸਤੋ ਅ ਤੁਸੀਂ ਇਸ ਦੇ ਪ੍ਰਾਉਜੀ ਇਸ ਕੁਐਸਚਨ ਦੇ ਉੱਪਰ ਪਹਿਲਾ ਪੁਆਇੰਟ ਹੈ ਕਿ ਜੋ ਬਾਗਲੇਹਾਰ ਹਾਈਡਰੋ ਪਾਵਰ ਪ੍ਰੋਜੈਕਟ ਹੈ ਇੱਕ ਚਨਾਬ ਰਿਵਰ ਦੇ ਉੱਪਰ ਸਥਿਤ ਹੈ ਜੀ ਮੈਂ ਰਿਪੀਟ ਕਰਦਾ ਕਿ ਜੋ ਬਾਗਲੇਹਾਰ ਹਾਈਡਰੋ ਪਾਵਰ ਪ੍ਰੋਜੈਕਟ ਹੈ ਇਹ ਚਨਾਬ ਦੇ ਉੱਪਰ ਹੈ ਫਿਰ ਦੁਲਸ਼ਤੀ ਹਾਈਡਰੋ ਪਾਵਰ ਪ੍ਰੋਜੈਕਟ ਹੈ ਇਹ ਜੇਲਮ ਦੇ ਉੱਪਰ ਡਿਵੈਲਪ ਕੀਤਾ ਹੈ ਫਿਰ ਜੋ ਸੱਲਲ ਹਾਈਡਰੋ ਪਾਵਰ ਪ੍ਰੋਜੈਕਟ ਹੈ ਇਹ ਰਾਵੀ ਦੇ ਉੱਪਰ ਸਥਿਤ ਹੈ ਜੀ ਤਾਂ ਇਸ ਦੇ ਵਿੱਚੋਂ ਦੱਸੋ ਪਹਿਲਾ ਪੁਆਇੰਟ ਠੀਕ पहले दो ठीक पहला तीजा ठीक या तीनों पॉइंट इस ठीक ने ता ए जो हाइड्रो पावर प्रोजैक्ट्स ने दोस्तों जो पानी तो बिजली बनाई जाती है रिपीट करना बागलीहार दुलशती सलल तो यह दसना है कि, कि किस किस रिवर के उपर डिवेलप ने बागलीहार चनाब के उपर ठीक है या नहीं दुलशती जेलम के उपर ठीक है या नहीं सलल है जो रावी के उपर है या नहीं हाँ जी इस उत्तर आ चुके ने स्टूडेंट्स ने ज्यादातर स्टूडेंट्स कह रहे हैं कि सर सिर्फ पहला ठीक है ਬਾਕੀ ਦੋ ਗਲਤ ਨੇ ਹਾਂਜੀ ਨੈਂਸੀ ਕਹ ਰਹੀ ਹੈ ਬਾਗਲੀਹਾਰ ਸਲਲ ਐਂਡ ਦੁਲਸ਼ਤੀ ਓਨ 3 ਔਰ ਓਨ ਚਨਾਬ ਹਾਂਜੀ ਤਾਂ ਦੋਸਤੋ ਇਸ ਦੇ ਵਿੱਚ ਦੇਖਿਏ ਐਗਜ਼ੈਕਟ ਆਨਸਰ ਨੈਂਸੀ ਦਾ ਉੱਤਰ ਬਿਲਕੁਲ ਠੀਕ ਹੈ ਜੀ ਸਾਰੇ ਦੇ ਸਾਰੇ ਇਹ ਚਨਾਬ ਰਿਵਰ ਦੇ ਉੱਪਰ ਹੈ ਇਹ ਡਵੈਲਪ ਨੇ ਨਾਮ ਇਹਨਾਂ ਦੇ ਜ਼ਰੂਰ ਨਾਮ ਯਾਦ ਰੱਖੋ ਦੋਸਤੋ ਬਾਗਲੀਹਾਰ ਦੁਲਸ਼ਤੀ ਅਤੇ ਸਲਲ ਹਾਂਜੀ ਤਾਂ ਦੋਸਤੋ ਇਹਨਾਂ ਬਾਰੇ ਥੋੜੀ ਵਿਸਤਾਰਪੂਰਕ ਵੀ ਇੱਥੇ ਲਿਖਿਆ ਹੋਇਆ ਹੈ ਤੁਸੀਂ ਇਸ ਨੂੰ ਬਾਅਦ ਦੇ ਵਿੱਚ ਜਦੋਂ ਮੈਂ ਤੁਹਾਡੇ ਨਾਲ ਫਾਈਲ ਸਾਂਝੀ ਕਰਾਂਗਾ ਤਾਂ ਤੁਸੀਂ ਇਸ ਨੂੰ ਜ਼ਰੂਰ ਵੇਖ ਸਕਦੇ ਹੋ ਹਾਂਜੀ ਫਿਰ ਉਸ ਤੋਂ ਬਾਅਦ ਨੈਕਸਟ ਕੁਐਸ ਇਨਾਂ ਵਿੱਚੋਂ ਕਿਹੜਾ ਪੰਜਾਬੀ ਰਾਈਟਰ ਹੈ ਜਿਸ ਨੂੰ ਗਿਆਨਪੀਠ ਅਵਾਰਡ ਦੇ ਨਾਲ ਹੈ ਜੋ ਉਹ ਨਵਾਜ਼ਿਆ ਗਿਆ ਹੈ ਦੋਸਤੋ ਅਵਾਰਡ ਮਿਲਿਆ ਹੋਇਆ ਹੈ ਗੁਰਦਿਆਲ ਸਿੰਘ ਅਮਰਤਾ ਪ੍ਰੀਤਮ ਸੁਰਜੀਤ ਪਾਤਰ ਜਾਂ ਜਸਵੰਤ ਕਵਲ ਇਹ ਪਹਿਲੇ ਤਿੰਨਾਂ ਨੂੰ ਗਿਆਨਪੀਠ ਅਵਾਰਡ ਮਿਲਿਆ ਸਿਰਫ ਤੇ ਸਿਰਫ ਦੋਸਤੋ ਅਮਰਤਾ ਪ੍ਰੀਤਮ ਅਤੇ ਸੁਰਜੀਤ ਪਾਤਰ ਨੂੰ ਮਿਲਿਆ ਹੈ ਗੁਰਦਿਆਲ ਸਿੰਘ ਅਤੇ ਅਮਰਤਾ ਪ੍ਰੀਤਮ ਨੂੰ ਮਿਲਿਆ ਹੈ ਜਾਂ ਸਾਰਿਆਂ ਨੂੰ ਹੀ ਇਹ ਜੋ ਗਿਆਨਪੀਠ ਅਵਾਰਡ ਹੈ ਉਹ ਦਿੱਤਾ ਗਿਆ ਹੈ ਇੰਡੀਆ ਦੇ ਸਭ ਤੋਂ ਵੱਡੇ ਅਵਾਰਡ ਦੇ ਵਿੱਚੋਂ ਇੱਕ ਹੈ ਲਿਟਰੇਚਰ ਦੇ ਅਤੇ ਇਸ ਦਾ ਜੋ ਉੱਤਰ ਹੈ ਜ਼ਿਆਦਾਤਰ ਜੋ ਸਟੂਡੈਂਟਸ ਨੇ ਉਹ ਸਿਰ ਤਸਿਰ ਗੁਰदयाल ਸਿੰਘ ਅਤੇ ਅਮਰਤਾ ਪ੍ਰੀਤਮ ਹੀ ਲਗਾ ਰਹੇ ਨੇ ਹਾਂਜੀ ਤਾਂ ਇਸ ਦੇ ਵਿੱਚ ਜੇ ਅਸੀਂ ਗੱਲ ਕਰੀਏ ਠੀਕ ਹੈ ਲਗਭਗ ਜੋ ਵੀ ਬੱਚੇ ਸੀ ਉੱਤਰ ਦੇ ਰਹੇ ਨੇ ਠੀਕ ਹੈ ਸੁਨੀਤਾ ਨੇ ਇਹ ਉੱਤਰ ਦਿੱਤਾ ਹੈ ਦੋਸਤੋ ਸੀ ਇਸ ਦਾ ਕਰੈਕਟ ਆਨਸਰ ਮਤਲਬ ਗੁਰदयाल ਸਿੰਘ ਅਤੇ ਜੋ ਜੋ ਅਮਰਤਾ ਪ੍ਰੀਤਮ ਹੈ ਇਹਨਾਂ ਨੂੰ ਇਹ ਜੋ ਬਹੁਤ ਹੀ ਮੋਸਟ ਇੰਪੋਰਟੈਂਟ ਗਿਆਨਪੀਠ ਜੋ ਅਵਾਰਡ ਨਾਲ ਹੈ ਉਹ ਜੋ ਹੈ ਨਵਾਜ਼ਿਆ ਗਿਆ ਹੈ ਤਾਂ ਬੜਾ ਮਹੱਤਵਪੂਰਨ ਹੈ ਫਿਰ ਉਸ ਤੋਂ ਇਲਾਵਾ ਅਸੀਂ ਜੋ ਹੈ ਨਾ ਨੀ ਜੋ ਬੁੱਕਸ ਨੇ ਨਾਲ-ਨਾਲ ਜੋ ਨੋਵਲਸ ਨੇ ਉਹ ਜ਼ਰੂਰ ਹੈ ਨਾਲ-ਨਾਲ ਤੁਸੀਂ ਜੋ ਹੈ ਉਸ ਨੂੰ ਰੀਡ ਆਊਟ ਹੈ ਆਪਣੇ ਨੋਟਸ ਹੈ ਉਹ ਜ਼ਰੂਰ ਬਣਾਉਂਦੇ ਰਹੋ ਕਿ ਸਾਡਾ ਨੈਕਸਟ ਕੁਐਸਚਨ ਹੈ ਜੀ ਚੁਣਕਰ ਅਜ਼ ਹਮੇਸ਼ ਹਲیتے ਦਰ ਗੁਜ਼ਸ਼ਤੀ ਹਲ ਅਸ਼ਤ ਬਰਡਨ ਬੀ ਸ਼ਮਸ਼ੀਰਦਸਤ ਹੁਣ ਦੇਖੋ ਬੜਾ ਹੀ ਜੋ ਹੈ ਇੰਪੋਰਟੈਂਟ ਕੁਐਸਚਨ ਹੋ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਜੋ ਲੋਕ ਦੋਸਤੋ ਜੋ ਥੋੜੇ ਜੋ ਜ਼ਿਆਦਾ ਰਿਲੀਜੀਅਸਲੀ ਹੈ ਗੁਰਦੁਆਰਾ ਸਾਹਿਬ ਜਾਂਦੇ ਨੇ ਪਾਠ ਕਰਦੇ ਨੇ ਉਹ ਸ਼ਾਇਦ ਇਹਦਾ ਉੱਤਰ ਹੈ ਜੋ ਹੈ ਉਸ ਨੂੰ ਕਰੈਕਟ ਦੇ ਦਣ ਠੀਕ ਹੈ ਜਾਂ ਉਹਨਾਂ ਨੇ ਸੁਣਿਆ ਹੋਵੇ ਕਿਤੇ ਭਾਸ਼ਣ ਦੇ ਵਿੱਚ ਤਾਂ ਚੁਣਕਰ ਅਜ਼ ਹਮੀ ਹੀ ਹਿਲੀਤੇ ਦਰ ਗੁਜ਼ਸ਼ਤ ਹਲ ਅਸ਼ਤ ਬਰਡਨ ਵੀ ਸ਼ਮਸ਼ੀਰ 10 ਤਾਂ ਇਹ ਜੋ ਵਰਸ ਹੈ ਇਹ ਜੋ ਤੁਕਾਂ ਨੇ ਦੋਸਤੋ ਗੁਰੂ ਗੋਬਿੰਦ ਸਿੰਘ ਜੀ ਦੇ ਕਿਸ ਜੋ ਹੈ ਦੋਸਤੋ ਜੋ ਜੋ ਹੈ ਉਹ ਵਰਜ਼ਨ ਦੋ ਵਿੱਚੋਂ ਲਈਆਂ ਗਈਆਂ ਨੇ ਤਾਂ ਇਹ ਚੰਡੀ ਦੀ ਵਾਰ ਹੈ ਜੋ ਜੋ ਦਸਵੇਂ ਗੁਰੂ ਸਾਹਿਬ ਨੇ ਲਿਖਿਆ ਸੀ ਉਸ ਦੇ ਵਿੱਚੋਂ ਇਹ ਲਾਈਨਾਂ ਲਈਆਂ ਨੇ ਜ਼ਫਰਨਾਮੇ ਦੇ ਵਿੱਚੋਂ ਬਚਿੱਤਰ ਨਾਟਕ ਦੇ ਵਿੱਚੋਂ ਜਾਬ ਸਾਹਿਬ ਦੇ ਵਿੱਚੋਂ ਇਹਦਾ ਮਤਲਬ ਇਹ ਤਾਂ ਬੜਾ ਕਰੈਕਟ ਹੈ ਠੀਕ ਹੈ ਤੁਮੇ ਦੱਸ ਦਵਾਂ ਕਿ ਚਾਰ ਦੀਆਂ ਜੋ ਚਾਰ ਆਪਸ਼ਨਸ ਨੇ ਇਹ ਸਾਰੀਆਂ ਰਚਨਾਵਾਂ ਦਸਵੇਂ ਗੁਰੂ ਸਾਹਿਬ ਦੀਆਂ ਨੇ ਅਤੇ ਇਸ ਦਾ ਜੋ ਕਰੈਕਟ ਆਨਸਰ ਤੁਸੀਂ ਮੈਨੂੰ ਦੱਸੋਗੇ ਠੀਕ ਹੈ ਜੀ ਕਿ ਜੋ ਚੰਡੀ ਦੀਵਾਰ ਹੈ ਜ਼ਫਰਨਾਮਾ ਦੋਸਤੋ ਜ਼ਫਰਨਾਮਾ ਇਹ ਜੋ ਹੈ ਉਹ ਪੱਤਰ ਹੈ ਇੱਕ ਜੋ ਦਸਵੇਂ ਗੁਰੂ ਸਾਹਿਬ ਨੇ ਫਾਰਸੀ ਭਾਸ਼ਾ ਦੇ ਵਿੱਚ ਹੈ ਔਰੰਗਜ਼ੇਬ ਨੂੰ ਲਿਖਿਆ ਸੀ ਜੇ ਤੁਸੀਂ ਮੈਨੂੰ ਇਹ ਵੀ ਦੱਸ ਸਕਦੇ ਹੋ ਕਿ ਲਾਸਟ ਟੂ ਲਾਸਟ ਕਲਾਸ ਦੇ ਵਿੱਚ ਮੈਂ ਇਹ ਵੀ ਜ਼ਿਕਰ ਕੀਤਾ ਸੀ ਕਿ ਇਹ ਜੋ ਖੱਤ ਹੈ ਇਸ ਜੋ ਚਿੱਠੀ ਹੈ ਜ਼ਫਰਨਾਮਾ ਇਸ ਨੂੰ ਔਰੰਗਜ਼ੇਬ ਕੋਲ ਜੋ ਹੈ ਕੌਣ ਲੈ ਕੇ ਗਿਆ ਸੀ ਦਸਵੇਂ ਗੁਰੂ ਸਾਹਿਬ ਨੇ ਕਿਸ ਦੀ ਡਿਊਟੀ ਲਗਾਈ ਸੀ ਇਹ ਵੀ ਇਸ ਦਾ ਉੱਤਰ ਤੁਸੀਂ ਨਾਲ-ਨਾਲ ਤੁਸੀਂ ਲਿਖ ਸਕਦੇ ਹੋ ਦੱਸ ਸਕਦੇ ਹੋ ਅਤੇ ਇਸ ਦਾ ਜੋ ਕਰੈਕਟ ਆਨਸਰ ਹੈ ਜੀ ਦੈਟ ਇਜ਼ ਦਾ ਬੀ ਆਨਸਰ ਜ਼ਫਰਨਾਮਾ ਇਸ ਦਾ ਕਰੈਕਟ ਆਨਸਰ ਤਾਂ ਇਹਨਾਂ ਤੁਕਾਂ ਨੂੰ ਯਾਦ ਰੱਖੋ ਇਹ ਜ਼ਫਰਨਾਮੇ ਦੇ ਵਿੱਚੋਂ ਇਹ ਤੁਕਾਂ ਲਈਆਂ ਹੋਈਆਂ ਨੇ ਹਾਂਜੀ ਠੀਕ ਹੈ ਅਤੇ ਇਸ ਨੂੰ ਕੌਣ ਲੈ ਕੇ ਗਿਆ ਸੀ ਔਰੰਗਜ਼ੇਬ ਤੱਕ ਨਾਲ ਨਾਲ ਜੇ ਇਹ ਵੀ ਦੱਸੋਗੇ ਤਾਂ ਬਹੁਤ ਬੈਟਰ ਹੈ ਅਤੇ ਚ ਚੰਡੀ ਦੀ ਵਾਰ ਹੈ ਹਾਂਜੀ ਰਤਨ ਚਾਂਦਨੀ ਦੀ ਵਾਰ ਨਹੀਂ ਚੰਡੀ ਦੀ ਵਾਰ ਹਾਂਜੀ 10ਵੇਂ ਗੁਰੂ ਸਾਹਿਬ ਨੇ ਅਤੇ ਬਾਬਾ ਦਿਆਲ ਸਿੰਘ ਜੀ ਹਾਂਜੀ ਵੈਰੀ ਗੁੱਡ ਜਸਪ੍ਰੀਤ ਹਾਂਜੀ ਬਾਬਾ ਦਿਆਲ ਸਿੰਘ ਜੀ ਜੋ ਹੈ ਉਹ ਲੈ ਕੇ ਗਈ ਸੀ ਅਤੇ ਚੰਡੀ ਦੀ ਜੋ ਵਾਰ ਹੈ ਅਤੇ ਭਾਈ ਦਿਆ ਸਿੰਘ ਜੀ ਹਾਂਜੀ ਦੋਨਾਂ ਨੂੰ ਆਪਾਂ ਇਕੱਠਾ ਕਰ ਲਈਏ ਜਸਪ੍ਰੀਤ ਅਤੇ ਜਸਪੀਰ ਕੌਰ ਦੇ ਅਨਸਰ ਨੂੰ ਭਾਈ ਦਿਆ ਸਿੰਘ ਅਤੇ ਭਾਈ ਜੋ ਹੈ ਦੋਸਤੋ ਜੋ ਹੈ ਭਾਈ ਦਿਆ ਸਿੰਘ ਇਜ਼ ਦਾ ਕਰੈਕਟ ਆਨਸਰ ਹਾਂਜੀ ਫਿਰ ਚੱਲਦੇ ਹਾਂ ਸਾਡੇ ਨੈਕਸਟ ਕੁਐਸਚਨ ਤੇ ਹਾਂਜੀ ਦਿਆ ਸਿੰਘ ਅਤੇ ਧਰਮ ਸਿੰਘ ਜੀ ਵੈਰੀ ਗੁੱਡ ਸੌਰਮ ਫਿਰ ਉਸ ਤੋਂ ਅੱਗੇ ਚੱਲਦੇ ਹਾਂ ਸਾਡੇ ਨੈਕਸਟ ਕੁਐਸਚਨ ਤੇ ਅ ਇੱਥੇ ਵੈਸੇ ਸਾਰਾ ਲਿਖਿਆ ਹੋਇਆ ਸੀ 1705 ਦੇ ਵਿੱਚ ਜ਼ਫਰਨਾਮਾ ਲਿਖਿਆ ਸੀ ਦਸਵੇਂ ਗੁਰੂ ਸਾਹਿਬ ਨੇ ਮੁਗਲ ਐਮਪੀਰਰ ਨੂੰ ਆਫਟਰ ਦਾ ਬੈਟਲ ਆਫ ਚਮਕੌਰ ਅਤੇ ਇਸ ਨੂੰ ਹੈ ਪਰਸ਼ੀਅਨ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਹੈ ਹਾਂਜੀ ਨੈਕਸਟ ਕੁਐਸਚਨ ਮੈਨੂੰ ਲੱਗਦਾ ਹੈ ਕਿ ਅਸੀਂ ਜਦੋਂ ਬਚਪਨ ਦੇ ਵਿੱਚ ਸਕੂਲ ਦੇ ਵਿੱਚ ਜਦੋਂ ਆ ਦੋਸਤੋ ਜੋ ਗੁਰੂ ਨਾਨਕ ਦੇਵ ਜੀ ਦਾ 에ਸੇ ਪੜ੍ਹਦੇ ਹਾਂ ਲਿਖਦੇ ਹਾਂ ਕਿਉਂਕਿ ਸਾਡੇ ਸਬਜੈਕਟ ਦੇ ਵਿੱਚ ਹੁੰਦਾ ਹੈ ਸ਼ਾਇਦ ਤੁਸੀਂ ਜ਼ਰੂਰ ਇਹ ਤੁਕਾਂ ਉਸ ਟੈਂਟ ਸੁਣੀਆਂ ਹੋਣ ਇੱਥੇ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਤਾਂ ਇਹ ਜੋ ਗੁਰੂ ਨਾਨਕ ਦੇਵ ਜੀ ਨੇ ਦੋਸਤੋ ਕਿਸ ਦੇ ਹਮਲੇ ਤੋਂ ਬਾਅਦ ਇਹ ਤੁਕਾਂ ਲਿਖੀਆਂ ਹਨ ਹਮਾਇੂ ਬਾਬਰ ਗਜ਼ਨੀ ਅਹਿਮਦ 6 ਅਬਦਾਲੀ ਜੇ ਤੁਸੀਂ ਵੈਸੇ ਹੀ ਮੀਡੀਇਵਲ ਹਿਸਟਰੀ ਨੂੰ ਉਸ ਦੇ ਕ੍ਰੋਨੋਲੋਜੀਕ ਆਰਡਰ ਦੇ ਨਾਲ ਸਮਝਦੇ ਹੋ ਤੁਹਾਨੂੰ ਪਤਾ ਹੈ ਕਿਸ ਦਾ ਜਨਮ ਕਿਸ ਦੀ ਮਰਤਿਉ ਕਿਸ ਦਾ ਅਟੈਕ ਕਦੋਂ ਹੋਇਆ ਸੀ ਫੇਰ ਵੀ ਤੁਸੀਂ ਇਸ ਦਾ ਕਰੈਕਟ ਆਨਸਰ ਹੈ ਦੇ ਸਕਦੇ ਹੋ ਤੁਸੀਂ ਜਿਵੇਂ ਕਿ ਅਸੀਂ ਕੱਲ ਲਾਸਟ ਟਾਈਮ ਵੀ ਗੱਲ ਕੀਤੀ ਸੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਆਖਰੀ ਜੋ ਸਮਾਂ ਹੈ ਉਹ ਬਤਾਇਆ ਸੀ ਕਰਤਾਰਪੁਰ ਦੇ ਵਿੱਚ 1522 ਤੋਂ 1539 ਟਾਈਮ ਪੀਰੀਅਡ ਦੇ ਵਿੱਚ ਅਤੇ ਦੋਸਤੋ ਇਸ ਟਾਈਮ ਪੀਰੀਅਡ ਦੇ ਵਿੱਚ ਜੋ ਪਹਿਲੀ ਬੈਟਲ ਆਫ ਪਾਣੀਪਤ ਜੋ ਕਿ ਬਾਬਰ ਨੇ ਇੱਥੇ ਆ ਕੇ ਹਮਲਾ ਕੀਤਾ ਸੀ ਦੋਸਤੋ ਬਾਬਰ ਵਰਸਸ ਜੋ ਹੈ ਇਬਰਾਹਿਮ ਲੋਦੀ ਦੀ ਹੋਈ ਸੀ ਤਾਂ ਉਸ ਹਮਲੇ ਦੇ ਵਿੱਚ ਜੋ ਹੈ ਇਸ ਦਾ ਕਰੈਕਟ ਆਨਸਰ ਦੋਸਤੋ ਬਾਬਰ ਹੈ ਤਾਂ ਉਸ ਹਮਲੇ ਦੇ ਵਿੱਚ ਬਹੁਤ ਸਾਰੇ ਮਾਸੂਮ ਬੱਚੇ ਔਰਤਾਂ ਨੂੰ ਹੈ ਮਾਰ ਦਿੱਤਾ ਗਿਆ ਸੀ ਤਾਂ ਉਸ ਨੂੰ ਦੇਖਦੇ ਹੋਏ ਜੋ ਹੈ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਸੀ ਕਿ ਇੱਥੇ ਮਾਰ ਪਈ ਕੁਰਲਾਣੇ ਕੈਂਕੀ ਦਰਦਨਾ ਆਇਆ ਤਾਂ ਜੋ ਹੈ ਉਸ ਟਾਈਮ ਹੈ ਗੁਰੂ ਸਾਹਿਬ ਕਰਤਾਰਪੁਰ ਵਿਖੇ ਹੈ ਰਹਾ ਕਰਦੇ ਸੀ ਜੋ ਸ਼ਹਿਰ ਵੀ ਉਹਨਾਂ ਨੇ ਹੀ ਵਸਾਇਆ ਸੀ ਅਤੇ ਹੁਣ ਲੰਗਰ ਵੀ ਖੁੱਲ ਚੁੱਕੇ ਨੇ ਇਸ ਨਾਲ ਵੀ ਜੁੜੇ ਬਹੁਤ ਸਾਰੇ ਜੋ ਛੋਟੇ ਛੋਟੇ ਪੁਆਇੰਟਸ ਮੈਂ ਉਮੀਦ ਕਰਦਾ ਤੁਹਾਨੂੰ ਜ਼ਰੂਰ ਹੈ ਪਤਾ ਹੋਣਗੇ ਜੀ ਠੀਕ ਹੈ ਹਾਂ ਜੀ ਤਾਂ ਜੋ ਹੈ 1526 ਅਲੀਸ਼ਾ ਗੁਪਤਾ ਨੇ ਜੋ ਹੈ ਐਜੈਕਟ ਤਰੀਕ ਵੀ ਲਿਖ ਦਿੱਤੀ ਹੈ ਜਿਸ ਦਿਨ ਜੋ ਹੈ ਬਾਬਰ ਅਟੈਕਡ ਔਨ ਇੰਡੀਆ ਹਾਂ ਜੀ ਠੀਕ ਹੈ ਤਾਂ ਬਾਬਾ ਬਾਬਰ ਐਂਡ ਗੁਰੂ ਨਾਨਕ ਦੇਵ ਜੀ ਕੰਟੈਂਪੋਰੀ ਹਾਂ ਜੀ ਠੀਕ ਹੈ ਦੋਸਤੋ ਦਾ ਨੈਕਸਟ ਕੁਐਸਚਨ ਜੋ ਹੈ ਤੁਹਾਨੂੰ ਜੋ ਹੈ ਕਰੈਕਟ ਤਾਂ ਨਹੀਂ ਦਿਖ ਰਿਹਾ ਹੋਵੇਗਾ ਠੀਕ ਹੈ ਲੇਕਿਨ ਇਥੇ ਮੈਂ ਪੜ ਦਵਾ ਇੱਕ ਕਰੈਕਟ ਕੁਐਸਚਨ ਨਹੀਂ ਦਿਖ ਰਿਹਾ ਹੋਵੇਗਾ ਤੇ ਮੈਂ ਉਮੀਦ ਕਰਾਂਗਾ ਬਹੁਤ سارے ਸਟੂਡੈਂਟਸ ਨੂੰ ਆਲਰੇਡੀ ਇਹ ਮੈਂ ਪੁੱਛਿਆ ਵੀ ਹੋਇਆ ਕੁਐਸਚਨ ਅੱਜ ਤੋਂ ਕਈ ਹਫ਼ਤੇ ਪਹਿਲਾਂ ਕਿ ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਸ਼ਹੀਦ ਕੀਤਾ ਗਿਆ ਸੀ ਦੋਸਤੋ ਉਸ ਟਾਈਮ ਹੈ ਦਿੱਲੀ ਦਾ ਜੋ ਜੋ ਹੈਡ ਸੀ ਜਾਂ ਦਿੱਲੀ ਦਾ ਜੋ ਰਾਜਾ ਸੀ ਦਿੱਲੀ ਦਾ ਜੋ ਸੁਲਤਾਨ ਸੀ ਜੋ ਬਾਦਸ਼ਾਹ ਸੀ ਉਹ ਕੌਣ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਸ਼ਹੀਦ ਕੀਤਾ ਗਿਆ ਤਾਂ ਇੱਥੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਹੈ 1716 ਦੇ ਵਿੱਚ ਕੀਤਾ ਗਿਆ ਤਾਂ ਇਸ ਦੇ ਵਿੱਚ অপਸ਼ਨਸ ਨੇ ਔਰੰਗਜ਼ੇਬ ਬਹਾਦਰ ਸ਼ਾਹ ਜਲੰਧਰ ਸ਼ਾਹ ਜਾਂ ਫਰੂਖ ਸ਼ਾਹ ਇਹਨਾਂ ਵਿੱਚੋਂ ਕਿਹੜਾ ਕਰੈਕਟ ਆਨਸਰ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਹੈ ਦੋਸਤੋ ਦਿੱਲੀ ਦੇ ਵਿੱਚ ਲੈ ਕੇ ਆਇਆ ਗਿਆ ਬਹੁਤ ਵੱਡੇ ਪਿੰਜਰੇ ਦੇ ਵਿੱਚ ਪਾ ਕੇ ਅਤੇ ਉਸ ਤੋਂ ਬਾਅਦ ਹੈ ਦੋਸਤੋ ਜੋ ਹੈ ਬੜੀ ਹੀ ਦਰਦਨਾਕ ਜੋ ਹੈ ਮੌਤ ਦਿੱਤੀ ਗਈ ਸੀ ਲੇਕਿਨ ਫਿਰ ਵੀ ਉਹ ਆਪਣੀ ਜੋ ਹੈ ਸਦਕਤ ਤੋਂ ਹੈ ਨਹੀਂ ਹਟੇ ਅਤੇ ਇਸ ਦਾ ਜੋ கரੈਕਟ ਆਨਸਰ ਹੈ दैट इज द ਫਾਰੂਖ ਸ਼ਾਹ ਹਾਂ ਜੀ ਤਾਂ ਫਾਰੂਖ ਸ਼ਾਹ ਉਸ ਟਾਈਮ ਦਾ ਜੋ ਸੁਲਤਾਨ ਸੀ ਮੋਗਲ ਐਮਪੀਰ ਆਇਸਤਾ ਆਇਸਤਾ ਡਿਕਲਾਈਨ ਹੋ ਰਿਹਾ ਸੀ ਅਤੇ ਉਸ ਟਾਈਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੈ ਦਿੱਲੀ ਵਿਖੇ ਹੋਈ ਸੀ ਫੀ ਚਲਦੇ ਹਾਂ ਦੋਸਤੋ ਅੱਜ ਦੇ ਸੈਕਿੰਡ ਲਾਸਟ ਕੁਐਸਚਨ ਦੀ ਤਰਫ ਸੈਕਿੰਡ ਲਾਸਟ ਜੋ ਕੁਐਸਚਨ ਹੈ ਮੈਨੂੰ ਲੱਗਦਾ ਇਹ ਤਾਂ ਤੁਹਾਨੂੰ ਪਤਾ ਲੱਗ ਹੀ ਚੁਕਿਆ ਹੈ ਬਾਗਲੀ ਹਾਰ ਪ੍ਰੋਜੈਕਟ ਹੈ ਉਹ ਜੋ ਹੈ ਚਨਾਬ ਦੇ ਉੱਪਰ ਹੈ ਠੀਕ ਹੈ ਇਸ ਤੋਂ ਇਲਾਵਾ ਜੋ ਮੈਂ ਇਹ ਜ਼ਰੂਰ ਜੋ ਹੈ ਇਹ ਸਾਂਝੀ ਕਰ ਦੇਣਾ ਤੁਹਾਡੇ ਨਾਲ ਆਫਟਰ ਦਾ ਕਲਾਸ ਕਰੀ ਦਵਾਂਗਾ ਜਿਵੇਂ ਕਿ ਅਨੰਦਪੁਰ ਸਬ ਹਾਈਡਰੋ ਪਾਵਰ ਪ੍ਰੋਜੈਕਟ ਹੈ ਦੋਸਤੋ ਇਹ ਸਤਲੁਜ ਦੇ ਉੱਪਰ ਹੈ ਗੰਗੋਵਾਲ ਐਂਡ ਕੋਟਲਾ ਹਾਈਡਰੋ ਪਾਵਰ ਪ੍ਰੋਜੈਕਟ ਹੈ ਇਹ ਵੀ ਸਤਲੁਜ ਦੇ ਉੱਪਰ ਹੈ ਮੁਕੇਰੀਆ ਹਾਈਡਰੋ ਪਾਵਰ ਪ੍ਰੋਜੈਕਟ ਹੈ ਇਹ ਬਿਆਸ ਦੇ ਉੱਪਰ ਹੈ ਜੀ ਰਣਜੀਤ ਸਿੰਘ ਡੈਮ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਹੈ ਇਹ ਰਾਵੀ ਦੇ ਉੱਪਰ ਹੈ ਸਨਨ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਇਹ ਉਹਲ ਦੇ ਉੱਪਰ ਹੈ ਦੋਸਤੋ ਜੋ ਯੂਬੀਡੀਸੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਇਹ ਰਾਵੀ ਦੇ ਉੱਪਰ ਹੈ ਅਤੇ ਇਹ ਕਿੱਥੇ-ਕਿੱਥੇ ਨੇ ਠੀਕ ਹੈ ਇਹਨਾਂ ਦੀ ਲਿਸਟ ਵੀ ਰੋਪੜ ਦੋਸਤੋ ਕੋਈ ਹਾਜ਼ੀਪੁਰ ਕੋਈ ਸ਼ਾਪੂਰੀ ਕਲ ਪਠਾਨਕੋਟ ਦੇ ਵਿੱਚ ਅਤੇ ਕੋਈ ਗੁਰਦਾਸਪੁਰ ਇਹਨਾਂ ਦੀ ਸਾਰਿਆਂ ਦੀ ਲੋਕੇਸ਼ਨ ਅਤੇ ਕਿਹੜੇ-ਕਿਸ ਰਿਵਰ ਦੇ ਉੱਪਰ ਇਹ ਸਥਿਤ ਨੇ ਇਹ ਸਾਰਿਆਂ ਦੀ ਲਿਸਟ ਹੈ ਇੱਥੇ ਲਿਖੀ ਹੋਈ ਹੈ ਜੀ ਬਹੁਤ ਹੀ ਮਹੱਤਵਪੂਰਨ ਹੈ ਅਤੇ ਦੋਸਤੋ ਜੋ ਹੈ ਕੁਐਸਚਨਸ ਇੱਥੋਂ ਆਉਣ ਦੀ ਸੰਭਾਵਨਾ ਬਣ ਜਾਂਦੀ ਹੈ ਤਾਂ ਫਿਰ ਚੱਲਦੇ ਹਾਂ ਅੱਜ ਦੇ ਦੋਸਤੋ ਆ ਲਾਸਟ ਜੋ ਕੁਐਸਚਨ ਹੈ ਹਾਂਜੀ ਚਲੋ ਥੋੜਾ ਕਰੈਕਟ ਮੈਂ ਦੇਖ ਲੈਣਾ ਹਾਲਾਂਕਿ ਐਵੇਂ ਨਾਲ ਨਾਲ ਤੁਹਾਨੂੰ ਮੈਂ ਦੇ ਹੀ ਦੇਣੀ ਹੈ ਇਹ ਹਾਂਜੀ ਕਰੈਕਟ ਕੁਐਸਚਨ ਹੈ ਦੋਸਤੋ ਇੱਥੇ ਇਹ ਕੁਐਸਚਨ ਮੈਂ ਤੁਹਾਨੂੰ ਪੜ ਕੇ ਸੁਣਾ ਦੇਣਾ ਦੋਸਤੋ ਇਸ ਦਾ ਕਿ ਹਾਂਜੀ ਇਸ ਤੋਂ ਬਜਾਏ ਕਿਉਂਕਿ ਇਹ ਤੁਹਾਨੂੰ ਕਲੀਅਰ ਨਹੀਂ ਦਿਖ ਰਿਹਾ ਹੋਣਾ ਹਾਂਜੀ ਤਾਂ ਮੈਂ ਚਲੋ ਮੈਪ ਦੇ ਉੱਪਰ ਆਉਣਾ ਦੋਸਤੋ ਮੈਨੂੰ ਤੁਸੀਂ ਦੱਸੋ ਕਿ ਜੋ ਮੋਕਸਰ ਹੈ ਠੀਕ ਹੈ ਮੁਕਸਰ ਮੋਗਾ ਮਾਨਸਾ ਅਤੇ ਮਲੇਰਕੋਟਲਾ ਹਾਂਜੀ ਦੋਸਤੋ ਦੇਖੋ ਕੁਐਸਚਨ ਇਹ ਪੁੱਛਿਆ ਗਿਆ ਕਿ ਇਹਨਾਂ ਨੂੰ ਤੁਸੀਂ ਜੋ ਹੈ ਦੋਸਤੋ ਅਰੇਂਜ ਕਰੋ ਵੈਸਟ ਟੂ ਈਸਟ ਧਿਆਨ ਨਾਲ ਸੁਣਨਾ ਇਸ ਕੁਐਸਚਨ ਨੂੰ ਇਹ ਕਈ ਵਾਰ ਇਸ ਤਰ੍ਹਾਂ ਦੇ ਕੁਐਸਚਨ ਆ ਜਾਂਦੇ ਨੇ ਵੈਸਟ ਟੂ ਈਸਟ ਇਹਨਾਂ ਨੂੰ ਤੁਸੀਂ ਅਰੇਂਜ ਕਰਨਾ ਹੈ ਠੀਕ ਹੈ ਦੇਖੋ ਹੁਣ ਮਲੇਰਕੋਟਲਾ ਮੈਂ ਮਲੇਰਕੋਟਲਾ ਹੁਣ ਤਾਂ ਪੰਜਾਬ ਦਾ 23ਵਾਂ ਡਿਸਟ੍ਰਿਕਟ ਬਣ ਚੁੱਕਿਆ ਹੈ ਲੇਕਿਨ ਹੁੰਦਾ ਅਕਸਰ ਕੀ ਹੈ ਕਿ ਜੋ ਤੇ ਇਹ ਡਿਸਟ੍ਰਿਕਟ ਨਹੀਂ ਸੀ ਜਿਵੇਂ ਕਿ ਐਗਜ਼ਾਮਪਲ ਦੇ ਤੌਰ ਤੇ ਦੋਸਤੋ ਜਿਵੇਂ ਜੋ ਹੁਸ਼ਿਆਰਪੁਰ ਦੇ ਵਿੱਚ ਇੱਕ ਇਲਾਕਾ ਹੈ ਦਸੂਹਾ ਇੱਕ ਐਗਜ਼ਾਮਪਲ ਲਈ ਹੈ ਮੈਂ ਠੀਕ ਹੈ ਜੇ ਕੋਈ ਜ਼ਿਆਦਾਤਰ ਇਹ ਹੁੰਦਾ ਹੈ ਕਿ ਜੋ ਉਸ ਤੋਂ ਦੂਰ ਰਹਿੰਦੇ ਨੇ ਕੋਈ ਅਬੋਰ ਫਾਜ਼ਿਲ ਕਰਿੰਦਾ ਹੈ ਉਸ ਨੂੰ ਪਤਾ ਵੀ ਨਹੀਂ ਹੋਣਾ ਕਿ ਦਸੂਹਾ ਹੈ ਕਿੱਥੇ ਕਿਹੜੇ ਡਿਸਟ੍ਰਿਕਟ ਦੇ ਵਿੱਚ ਹੈ ਉਸੇ ਤਰੀਕੇ ਨਾਲ ਹੋ ਸਕਦਾ ਹੈ ਬਹੁਤੇ ਸਟੂਡੈਂਟ ਇੱਥੇ ਹੋਣ ਜਿਨ੍ਹਾਂ ਨੂੰ ਮਲੇਰਕੋਟਲਾ ਪਤਾ ਹੀ ਨਾ ਹੋਵੇ ਕਿ ਕਿਸ ਡਿਸਟ੍ਰਿਕਟ ਦੇ ਵਿੱਚੋਂ ਅਲੱਗ ਹੋਇਆ ਹੁਣ ਤਾਂ ਕਿਉਂਕਿ ਚਲੋ ਡਿਸਟ੍ਰਿਕਟ ਬਣਿਆ ਹੈ ਤਾਂ ਜ਼ਿਆਦਾਤਰ ਸਟੂਡੈਂਟਸ ਨੂੰ ਪਤਾ ਹੋਵੇਗਾ ਫਿਰ ਮੋਗੇ ਦੀ ਲੋਕੇਸ਼ਨ ਦਾ ਪਤਾ ਹੋਵੇ ਤਾਂ ਸਾਨੂੰ ਇਹਨਾਂ ਲੋਕੇਸ਼ਨਸ ਨੂੰ ਸਹੀ ਕਰੈਕਟ ਕਰਨ ਦੀ ਦੋਸਤੋ ਜੋ ਕਰਨ ਦੀ ਜ਼ਰੂਰਤ ਹੈ ਕਿ ਡਾਇਰੈਕਸ਼ਨ ਵਾਈਜ਼ ਜ਼ਰੂਰ ਆ ਜਾਂਦਾ ਜਿਵੇਂ ਅਸੀਂ ਦੇਖੀਏ ਇੱਥੇ ਮੁਕਸਰ ਪੁੱਛਿਆ ਹੈ ਮੁਕਸਰ ਅਸੀਂ ਦੇਖਦੇ ਹਾਂ ਬਿਲਕੁਲ ਬਿਲਕੁਲ ਜੋ ਹੈ ਪੰਜਾਬ ਦੇ ਤੁਸੀਂ ਬੋਲ ਸਕਦੇ ਹੋ ਸਾਊਥ ਦੇ ਵਿੱਚ ਜਾਂ ਫਿਰ ਸਾਊਥ-ਵੈਸਟ ਦੇ ਵਿੱਚ ਪੈਂਦਾ ਹੈ ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਮੋਗਾ ਦੋਸਤੋ ਜੋ ਹੈ ਮੋਗਾ ਜੋ ਹੈ ਥੋੜਾ ਜਿਹਾ ਇਸ ਤੋਂ ਉੱਪਰ ਹੈ ਠੀਕ ਹੈ ਤੁਸੀਂ ਮਿਡਲ ਦੇ ਵਿੱਚ ਕਹਿ ਸਕਦੇ ਹੋ ਫਿਰ ਮਾਨਸਾ ਹੈ ਫਿਰ ਮਲੇਰਕੋਟਲਾ ਹੈ ਤਾਂ ਅਸੀਂ ਇਸ ਨੂੰ ਲਿਖ ਸਕਦੇ ਹਾਂ ਕਿ ਪਹਿਲਾਂ ਮੁਕਸਰ ਹੈ ਫਿਰ ਮੋਗਾ ਹੈ ਫਿਰ ਮਾਨਸਾ ਹੈ ਫਿਰ ਮਲੇਰਕੋਟਲਾ ਹੈ ਲੇਕਿਨ ਉਸ ਦੇ ਲਈ ਸਾਨੂੰ ਲੋਕੇਸ਼ਨ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ ਜੀ ਲੇਕਿਨ ਹੁਣ ਇਹ ਕੁਐਸਚਨ ਦਾ ਨਾਲ-ਨਾਲ ਤੁਹਾਨੂੰ ਦੱਸ ਹੀ ਦਿੱਤਾ ਮੈਂ ਫਿਰ ਅਖੀਰ ਦੇ ਵਿੱਚ ਚਾਹਾਂਗਾ ਕਲਾਸ ਦੇ ਕਿ ਤੁਸੀਂ ਦੋਸਤੋ ਜਿੱਥੇ ਜਿੱਥੋਂ ਵੀ ਤੁਸੀਂ ਬਿਲੋਂਗ ਕਰਦੇ ਹੋ ਜਿਸ ਜਿਸ ਇਲਾਕੇ ਤੋਂ ਜਿਸ ਜਿਸ ਡਿਸਟ੍ਰਿਕਟ ਤੋਂ ਤੁਸੀਂ ਮੇਰੇ ਨਾਲ ਹਰ ਰੋਜ਼ ਸਾਡੇ ਨਾਲ ਜੁੜਦੇ ਹੋ ਆਪਣੇ ਇਲਾਕੇ ਦੀਆਂ ਕੁਝ ਚਾਰ ਪੰਜ ਫੀਚਰ ਜ਼ਰੂਰ ਦੱਸ ਦਿਓ ਠੀਕ ਹੈ ਤਾਂ ਕਿ ਜੋ ਹੈ ਇੱਕ ਦੂਜੇ ਨਾਲ ਸਾਂਝੀਆਂ ਕਰ ਲਈਏ ਠੀਕ ਹੈ ਅਤੇ ਜੋ ਹੈ ਸਾਡੇ ਜੋ ਜੇ ਤੁਸੀਂ 50 ਸਟੂਡੈਂਟਸ ਜੁੜੇ ਹੋ ਤਾਂ ਪਿਛਲੇ ਲਾਸਟ ਦੇ ਚਾਰ ਪੰਜ ਮਿੰਟ ਦੇ ਵਿੱਚ 251 ਲਾਈਨਸ ਸਾਡੇ ਜ਼ਰੂਰ ਹੋ ਜਾਣਗੇ ਤਾਂ ਸਭ ਤੋਂ ਪਹਿਲਾਂ ਜੋ ਹੈ ਦੇਖਦੇ ਹਾਂ ਕੌਣ-ਕੌਣ ਆਪਣੇ ਡਿਸਟ੍ਰਿਕਟ ਬਾਰੇ ਹੈ ਕਿਹੜੇ-ਕਿਹੜੇ ਇੰਪੋਰਟੈਂਟ ਫੈਕਟ ਦੱਸਦਾ ਹੈ ਜੀ ਠੀਕ ਹੈ ਅਤੇ ਸੰਗਰੂਰ ਤੋਂ ਬਣਿਆ ਵੈਰੀ ਗੁੱਡ ਜੀ ਹੁਣ ਜੇ ਹੁਣ ਕਿਸੇ ਨੂੰ ਪਤਾ ਹੈ ਸੰਗਰੂਰ ਤੋਂ ਬਣਿਆ ਹੈ ਅਤੇ ਜੋ ਹੈ ਹੁਣ ਨੈਗਸੀ ਹੈ ਤੁਰੀ ਤੋਂ ਨੇ ਸੰਗਰੂਰ ਤੋਂ ਤਾਂ ਜਲਦੀ ਨਾਲ ਦੱਸੋ ਸੰਗਰੂਰ ਬਾਰੇ ਜਿਹੜੇ ਫੈਕਟਸ ਨੇ ਜੀ ਠੀਕ ਹੈ ਸੁਖਜੀਤ ਜੋ ਹੈ ਜਲੰਧਰ ਤੋਂ ਨੇ ਸਪੋਰਟ ਸਿਟੀ ਬੋਲਦੇ ਨੇ ਠੀਕ ਹੈ ਉਸਤਲਾ ਮੱਕਾ ਉਫਕੀ ਉੱਥੇ ਇੱਕ ਛੋਟਾ ਜਿਹਾ ਪਿੰਡ ਹੈ ਸੰਸਾਰਪੁਰ ਉਸ ਨੂੰ ਕਿਹਾ ਜਾਂਦਾ ਹੈ ਠੀਕ ਹੈ ਸਿਰਫ ਤੁਸੀਂ ਇਹ ਨਾ ਦੱਸੋ ਕਿ ਮੈਂ ਤਰਨਤਾਰਨ ਤੋਂ ਆਇਆ ਤਾਂ ਕੁਝ ਦੱਸ ਦੋ ਉਸ ਇਲਾਕੇ ਬਾਰੇ ਦੱਸੋ ਕੁਝ ਤਾਕੀ ਬਾਕੀ ਸਟੂਡੈਂਟਸ ਨੂੰ ਵੀ ਕੋਈ ਇਨਫੋਰਮੇਸ਼ਨ ਮਿਲ ਜਾਵੇ ਹਾਂਜੀ ਠੀਕ ਹੈ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਕਹੀ ਜਾਂਦੀ ਹੈ ਜੀ ਠੀਕ ਹੈ ਸ਼ਹੀਦ ਦੀ ਜੋੜ ਮੇਲਾ ਲੱਗਦਾ ਹੈ ਇੱਥੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਫਿਰ ਲੁਧਿਆਣਾ ਹੈ ਠੀਕ ਹੈ ਮੈਂ ਫਿਰ ਨਾਲ-ਨਾਲ ਦੱਸਾਂਗਾ ਕੁਛ ਨਾ ਕੁਛ ਦੱਸ ਦਵੋ ਸ਼ਹਿਰ ਨਾ ਦੱਸੋ ਬਠਿੰਡਾ ਸੈਂਟਰਲ ਯੂਨੀਵਰਸਿਟੀ ਹੈ ਜੀ ਹਾਂਜੀ ਫਿਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕੋ ਹੀ ਸੈਂਟਰਲ ਯੂਨੀਵਰਸਿਟੀ ਹੈ ਜੋ ਬਠਿੰਡਾ ਦੇ ਵਿੱਚ ਹੈ ਫਿਰ ਉਸ ਤੋਂ ਇਲਾਵਾ ਜੋ ਹੈ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਪਟਿਆਲਾ ਦੇ ਵਿੱਚ ਹੈ ਇੱਥੋਂ ਦਾ ਜੋ ਮਸ਼ਹੂਰ ਸਭ ਤੋਂ ਜ਼ਿਆਦਾ ਮ ਠੀਕ ਹੈ ਫਿਰ ਅਲੀ ਸ਼ਾ ਪੀਏਯੂ ਅਲੀ ਸ਼ਾ ਪੀਏਯੂ ਕਦੋਂ ਬਣੀ ਅਤੇ ਸਪੈਸੀਫਿਕ ਹੈ ਦੱਸ ਦਿਓ ਠੀਕ ਹੈ ਕਿਸ ਮੁੱਖ ਮੰਤਰੀ ਨੇ ਇਸ ਦਾ ਇਨੋਗ੍ਰੇਸ਼ਨ ਕੀਤਾ ਸੀ ਰਜਿੰਦਰ ਗੁਰਦਾਸਪੁਰ ਫਾਊਂਡ ਬਾਈ ਸੰਤ ਗੁੜੀਆ ਦਾਸ ਜੀ ਜੋ ਹੈ ਮਹਾਰਾਜ ਬੰਦਾ ਸਿੰਘ ਬਹਾਦਰ ਹਾਈਡ ਹੇਅਰ ਫਰੋਮ ਫਾਰੂਖ ਸ਼ਾਹ ਠੀਕ ਹੈ ਅਤੇ ਡਿਸਟ੍ਰਿਕਟ ਰੋਪੜ ਹੈ ਵਿਰਾਸਤ ਹੈ ਖਾਲਸਾ ਹੈ ਜੀ ਰੋਪੜ ਅਨੰਦਪੁਰ ਸਾਹਿਬ ਦੇ ਵਿੱਚ ਵੈਰੀ ਗੁੱਡ ਹਾਂਜੀ ਫਿਰ ਉਸ ਤੋਂ ਬਾਅਦ ਹੁਸ਼ਿਆਰਪੁਰ ਜੋ ਹੈ ਸਭ ਤੋਂ ਜ਼ਿਆਦਾ ਵੁੱਡ ਜੋ ਹੈ ਫੋਰੈਸਟ ਵਿਰਾਟਦੀ ਨਗਰੀ ਹਾਂਜੀ ਪਿਨੇਕਲ ਵਿਰਾਟਦੀ ਨਗਰੀ ਹੈ ਨਾ ਦਸੂਹੇ ਨੂੰ ਕਹਿੰਦੇ ਨੇ ਉਹ ਵੀ ਲਿਖੋ ਐਗਜ਼ੈਕਟ ਜੋ ਤੁਸੀਂ ਲਿਖਿਆ ਹੋਇਆ ਹੈ ਫਿਰ ਉਸ ਤੋਂ ਕਿਲਾ ਉਫ ਰਜ਼ੀਆ ਸੁਲਤਾਨ ਹਾਂਜੀ ਠੀਕ ਹੈ ਰਜ਼ੀਆ ਸੁਲਤਾਨ ਜਿਸ ਦਾ ਨਾਮ ਪਹਿਲਾਂ ਕਿਲਾ ਮੁਬਾਰਕ ਹੁੰਦਾ ਸੀ ਬਠਿੰਡੇ ਦੇ ਵਿੱਚ ਠੀਕ ਹੈ ਫਿਰ ਉਸ ਤੋਂ ਇਲਾਵਾ ਹੁਸੈਨ ਫਿਰੋਜ਼ਪੁਰ ਦੇ ਵਿੱਚ ਹੁਸੈਨੀ ਵਾਲਾ ਬਾਰਡਰ ਵੈਰੀ ਗੁੱਡ ਇਹ ਦੋ ਹੀ ਬਾਰਡਰ ਜ਼ਿਆਦਾ ਮਸ਼ਹੂਰ ਨੇ ਇੱਕ ਅਸੀਂ ਬੋਲਦੇ ਹਾਂ ਦੋਸਤੋ ਜੋ ਅੰਮ੍ਰਿਤਸਰ ਦੇ ਵਿੱਚ ਵਾਗਾ ਬਾਰਡਰ ਅਤੇ ਹੁਸੈਨੀ ਵਾਲਾ ਬਾਰਡਰ ਜੋ ਜੋ ਕਿ ਜੋ ਕਿ ਫਿਰੋਜ਼ਪੁਰ ਦੇ ਵਿੱਚ ਹੈ ਤਾਂ ਇਹ ਜੋ ਸਾਡੇ 6 ਡਿਸਟ੍ਰਿਕਟਸ ਨੇ ਜੋ ਜਿੰਨਾਂ ਨਾਲ ਇੰਟਰਨੈਸ਼ਨਲ ਬਾਉਂਡਰੀ ਸਾਡੀ ਪਾਕਿਸਤਾਨ ਦੇ ਨਾਲ ਲੱਗਦੀ ਹੈ ਦੇ ਆਰ ਟੂ ਆਫ 뎀 ਜਿਹਦੇ ਵਿੱਚ ਅਸੀਂ ਗੱਲ ਕਰੀਏ ਦੋਸਤੋ ਉੱਪਰੋਂ ਗੱਲ ਕਰਦੇ ਆ ਪਠਾਨਕੋਟ ਹੈ ਗੁਰਦਾਸਪੁਰ ਹੈ ਅੰਮ੍ਰਿਤਸਰ ਹੈ ਤਰਨਤਾਰਨ ਹੈ ਫਿਰੋਜ਼ਪੁਰ ਹੈ ਅਤੇ ਫਾਜ਼ਿਲਕਾ ਇਹ 6 ਡਿਸਟ੍ਰਿਕਟਸ ਨੇ ਠੀਕ ਹੈ ਫਿਰ RAMDAS PURA ਸੀ ਕਿਸੇ ਟਾਈਮ ਪੀਰੀਅਡ ਤੇ ਅੰਮ੍ਰਿਤਸਰ ਦਾ ਨਾਮ ਫਿਰ ਛੋਟਾ ਕੱਲੂਕਾਰਾ ਇਨ ਗੁਰਦਾਸਪੁਰ ਵੈਰੀ ਗੁੱਡ ਜਿੰਨੀ ਉਮੀਦ ਹੈ ਨਾ ਉਹਨੇ ਉੱਤਰ ਨਹੀਂ ਦੇ ਰਹੇ ਤੁਸੀਂ ਵੈਸੇ ਠੀਕ ਹੈ ਫਿਰ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ ਸੀ ਠ ਇਸੇ ਕਰਕੇ ਇਸ ਨੂੰ ਵਾਈਟ ਸਿਟੀ ਵੀ ਬੋਲਦੇ ਨੇ ਨੌਵੇਂ ਗੁਰੂ ਸਾਹਿਬ ਨੇ ਇਸ ਨੂੰ ਵਸਾਇਆ ਸੀ ਇਸ ਕਰਕੇ ਆਮ ਖਾਸ ਬਾਗ ਹੈ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ ਹਾਂਜੀ ਦਸਪ੍ਰੀਤ ਅਤੇ ਇਸ ਨੂੰ ਜੋ ਹੈ ਸ਼ਾਇਦ ਤੁਹਾਨੂੰ ਪਤਾ ਹੋਵੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਹੈ ਆਪਣੇ ਟਾਈਮ ਪੀਰੀਅਡ ਤੇ ਇਸ ਨੂੰ ਬਣਾਇਆ ਸੀ ਠੀਕ ਹੈ ਅਤੇ ਕਨੂਆ ਚੰਬ ਇਨ ਗੁਰਦਾਸਪੁਰ ਠੀਕ ਹੈ ਰਜਿੰਦਰ ਗੁਰਦਾਸਪੁਰ ਤੋਂ ਬਾਹਰ ਵੀ ਆਜੋ ਯਾਰ ਕੁਝ ਹੋਰ ਵੀ ਦੱਸ ਦਿਓ ਬਾਹਰੋਂ ਹਾਂਜੀ ਠੀਕ ਹੈ ਵੱਡਾ ਕੱਲੂਕਾਰਾ ਮਲੇਰ ਕੋਟਲਾ ਠੀਕ ਹੈ ਚਲੋ ਬਾਕੀ ਮੈਂ ਉਮੀਦ ਕਰੂੰਗਾ ਕਿ ਜਿਨ੍ਹਾਂ ਨੇ ਨਹੀਂ ਲਿਖਿਆ ਅਤੇ ਜਿਨ੍ਹਾਂ ਨੇ ਹੋਰ ਵੀ ਕਾਫੀ ਕੁਝ ਦੱਸਣਾ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੇ ਆਪਣੇ ਫੈਕਟ ਹੈ ਸ਼ਹਿਰ ਦੇ ਜ਼ਰੂਰ ਲਿਖੋ ਤਾਂ ਕਿ ਬਾਕੀ ਸਟੂਡੈਂਟਸ ਨੂੰ ਵੀ ਪੜਨ ਦਾ ਉਹ ਮੌਕਾ ਮਿਲ ਸਕੇ ਤਾਂ ਚਲੋ ਅੱਜ ਦਾ ਜੋ ਸੈਸ਼ਨ ਹੈ ਦੋਸਤੋ ਇੱਥੇ ਹੀ ਖਤਮ ਕਰਦੇ ਆਂ ਉਮੀਦ ਕਰਦੇ ਹਾਂ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਇਸੇ ਤਰ੍ਹਾਂ ਹਰ ਰੋਜ਼ ਸਾਡੇ ਸੈਸ਼ਨਸ ਨਾਲ ਜੁੜੇ ਰਹੋ ਵੈਕੈਂਸੀਜ਼ ਆ ਚੁੱਕੀਆਂ ਨੇ ਇਹਨਾਂ ਨੂੰ ਫਿਲ ਕਰੋ ਦੋਸਤੋ ਅਤੇ ਦੇਖੋ ਆਪਣੇ ਆਪ ਨੂੰ ਅਨਾਲਾਈਸਿਸ ਕਰਕੇ ਕਿ ਕਿੱਥੇ ਜੇ ਤੁਸੀਂ ਖੜੇ ਹੋ ਤੁਹਾਨੂੰ ਟੈਸਟ ਸੀਰੀਜ਼ ਦੀ ਜ਼ਰੂਰਤ ਹੈ ਤੁਹਾਨੂੰ ਜੋ ਹੈ ਦੋਸਤੋ ਜੋ ਹੈ ਐਮਸੀਕਿਊਜ਼ ਦੀ ਜ਼ਰੂਰਤ ਹੈ ਜਾਂ ਤੁਹਾਨੂੰ ਪੂਰੇ ਬੈਚ ਦੀ ਜ਼ਰੂਰਤ ਹੈ ਤਾਂ ਇਸ ਬਾਰੇ ਸੋਚੋ ਜੇ ਨਹੀਂ ਸਮਝ ਆ ਰਿਹਾ ਤਾਂ ਸਾਨੂੰ ਦੋਸਤੋ ਕਾਲ ਵੀ ਕਰ ਸਕਦੇ ਹੋ ਡਿਟੇਲ ਦੇ ਵਿੱਚ ਆਪਾਂ ਗੱਲ ਕਰਾਂਗੇ ਅਤੇ ਫਿਰ ਜਿਵੇਂ ਵੀ ਤੁਹਾਨੂੰ ਬੈਟਰ ਲੱਗੇਗਾ ਤੁਸੀਂ ਆਪਣੀ ਤਿਆਰੀ ਨੂੰ ਹੈ ਉਸ ਨੂੰ ਅੱਗੇ ਲੈ ਕੇ ਜਾਓ ਬਹੁਤ ਬਹੁਤ ਧੰਨਵਾਦ